ਮੇਰੀ ਜ਼ਿੰਦਗਾਂ ਮਾਂ ਦੀਆਂ ਜੇਲਾਂ ਵਿੱਚ ਬਣ ਕੇ ਦਿਨ ਕਿਰ ਗਈ ਕੀ ਕਰੀਏ ਓ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਹਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ। ਜਦੋਂ ਤੁਸੀਂ ਗਾਇਕ ਬਣੇ ਹੋ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੈਮੋਰੇਬਲ ਮੂਮੈਂਟ ਕਿਹੜੀ ਰਹੀ ਆ? ਸੋ ਮੇਰੇ ਲਈ ਹਰ ਉਹ ਪਲ ਮੈਮੋਰੇਬਲ ਹੈ ਜਦੋਂ ਵੀ ਮੈਂ ਕਦੋਂ ਦਾਵਾਂਗਾ ਸਟੇਜ 'ਤੇ ਖੜ ਕੇ ਗਾਇਆ ਅਤੇ ਮੇਰੇ ਨਾਲ ਲੋਕਾਂ ਨੇ ਗਾਇਆ। ਕਿਆ ਬਾਤ! ਮੈਂ ਉਦੋਂ ਹਰ ਵਕਤ ਮੈਂ ਕਹਿੰਦਾ ਵੀ ਬੜਾ ਸ਼ੁਕਰ ਪਰਮਾਤਮਾ ਦਾ ਵੀ ਯਾਰ ਇਹ ਮੇਰੇ ਹਿੱਸੇ ਆ ਗਿਆ। ਕੀ ਦਿਨ ਕੀ ਹੈ ਰਾਤ ਮੇਰੀ ਹਰ ਪਲ ਬਾਤ ਤੇਰੀ ਮੰਗਦੇ ਹਾਂ ਰੱਬ ਕੋਲੋਂ ਤੈਨੂੰ ਪੱਲੇ ਅੱਡ ਕੇ ਤੇਰਾ ਸੀ ਮੈਂ ਤੇਰਾ ਹਾਂ ਤੇਰਾ ਹੀ ਰਹੂੰਗਾ ਜਾਣਾ ਨਹੀਂ ਕਦੇ ਵੀ ਹੁਣ ਤੈਨੂੰ ਛੱਡ ਕੇ। ਆਪਦਾ ਗਾਣਾ ਰਾਤੀ 2-3 ਵਜੇ ਜਿਵੇਂ ਇਕੱਲੇ ਈਅਰਫੋਨ ਲਗਾ ਕੇ ਸੁਣਦੇ? ਮੈਂ ਆਪਦੇ ਗਾਣੇ ਬਹੁਤ ਘੱਟ ਸੁਣਦਾ ਵੀਰੇ, ਕਦੇ ਤਾਂ ਆਵੇਗਾ ਸਭ ਤੋਂ ਘੱਟ ਸੁਣਿਆ ਮੈਂ। ਹਾਂ ਮੇਰਾ ਲੀਸਟ ਪਸੰਦ ਗਾਣਾ ਆ, ਦੇਖ ਲਓ ਹਰ ਇੱਕ ਦਾ ਕਲਾਕਾਰ ਦੀ। ਨਹੀਂ ਮੈਂ ਬਹੁਤ ਵਾਰੀ ਕਹਿੰਦਾ ਨਾ ਯਾਰ ਪੂਰੀ ਦੁਨੀਆ ਰਵਾਰ ਹੋ ਗਈ ਕਹਿੰਦੇ ਆਪਦੇ ਗਾਣੇ ਤੁਹਾਨੂੰ ਪਤਾ ਨਹੀਂ ਕੀ ਇਹਦੇ 'ਚ ਵਧੀਆ ਲੱਗਦਾ ਯਾਰ, ਅਤੇ ਮੈਨੂੰ ਨਹੀਂ ਸੱਚੀ ਮੇਰਾ ਲੀਸਟ ਫੇਵਰੇਟ। ਮੈਂ ਆਪਣਾ ਗਾਣਾ ਹੱਸਣਾ ਸਿੱਖਦੀ ਸੀ, ਮੈਂ ਬਹੁਤ ਸੁਣਿਆ। ਮੇਰਾ ਗਾਣਾ ਸੀ ਇਸ਼ਕ ਦੇ ਜ਼ਖਮ, ਮੈਂ ਬਹੁਤ ਸੁਣਿਆ ਰਿਪੀਟ। ਮੈਂ ਆਪ ਹੀ ਕਮਲਿਆਂ ਮੈਂ ਜਿੱਥੇ ਜਾਣਾ ਉਹੀ ਰਿਪੀਟ 'ਤੇ ਲੈ ਰਿਹਾ, ਮੈਨੂੰ ਵਧੀਆ ਲੱਗਦਾ ਸੀ ਉਹਦਾ ਵਾਈਬ ਮੈਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਇੱਕ ਗਾਣਾ ਅੱਜ ਤੋਂ ਬਹੁਤ ਸਾਲਾਂ ਪਹਿਲੇ ਆਇਆ ਸੀਗਾ, 5-6 ਸਾਲ ਪਹਿਲਾਂ, ਕਦੇ ਦਾ ਤੂੰ ਆਵੇਂਗਾ। ਮੈਨੂੰ ਐਂ ਲੱਗਦਾ ਕਿ ਉਹ ਗਾਣਾ ਜਾਂ ਕੁਛ ਗਾਣੇ ਇੱਦਾਂ ਦੇ ਹੁੰਦੇ ਆ ਜਿਹੜੇ ਸਦਾ ਬਹਾਰ ਲੋਕਾਂ ਦੇ ਦਿਲਾਂ 'ਚ ਰਹਿ ਜਾਂਦੇ ਆ। ਉਹਨਾਂ ਵਿੱਚੋਂ ਇੱਕ ਇਹ ਵਾਲਾ ਗਾਣਾ ਕਦੇ ਦਾ ਤੂੰ ਆਵੇਂਗਾ ਹੋਇਆ ਲੋਕਾਂ ਵਾਸਤੇ ਮੋਸਟ ਫੇਵਰੇਟ ਸੌਂਗ, ਇਹ ਹਮੇਸ਼ਾ ਅੱਜ ਤੱਕ ਦਾ ਰਿਹਾ ਆ। ਜਿਨ੍ਹਾਂ ਨੇ ਗਾਣਾ ਗਾਇਆ ਬਾਈ ਰਣਵੀਰ ਹੋਰੀ ਅੱਜ ਸਾਡੇ ਨਾਲ ਬੈਠੇ ਆ, ਸਵਾਗਤ ਕਰਦੇ ਹਾਂ ਅਤੇ ਕੁਛ ਗੱਲਾਂ ਬਾਤਾਂ ਹੋਰ ਕਰਦੇ ਹਾਂ ਕਿਉਂਕਿ ਨਵਾਂ ਗਾਣਾ ਫਿਰ ਤੋਂ ਆਉਣ ਲੱਗਿਆ ਕਦੇ ਤੂੰ ਆਵੇਂਗਾ 2। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ, ਕਿਵੇਂ? ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ? ਬਹੁਤ ਵਧੀਆ ਬਾਈ। ਮੈਂ ਜਿਵੇਂ ਕਹਿ ਰਿਹਾ ਸੀਗਾ ਕਿ ਨਾ ਉਹ ਗਾਣਾ ਬੜਾ ਫੇਵਰੇਟ ਬਣ ਕੇ ਰਿਹਾ ਲੋਕਾਂ ਦਾ, ਐਂਡ ਇੱਕ ਆਰਟਿਸਟ ਦੀ ਜ਼ਿੰਦਗੀ ਦੇ ਵਿੱਚ ਨਾ ਉਹਦੇ ਪ੍ਰੋਜੈਕਟ ਦੀ ਇਹ ਬਹੁਤ ਵੱਡੀ ਖਾਸੀਅਤ ਬਣ ਜਾਂਦੀ ਆ ਜਦੋਂ ਉਹਦੀ ਚੀਜ਼ ਕਿੰਨੇ ਸਾਲਾਂ ਤੱਕ ਲੋਕਾਂ ਦੇ ਦਿਲਾਂ 'ਚ ਰਹੇ। ਬਿਲਕੁਲ, ਇਹ ਬਹੁਤ ਵੱਡੀ ਇੱਕ ਯੂ ਨੋ ਨਿਮਤ ਕਹਿ ਸਕਦੇ, ਇਹਨੂੰ ਬਲੈਸਿੰਗ ਕਹਿ ਸਕਦੇ ਤੁਸੀਂ ਪਰਮਾਤਮਾ ਦੀ, ਕਿ ਵੀ ਇੱਕ ਆਰਟਿਸਟ ਦੀ ਝੋਲੀ ਇੱਦਾਂ ਦਾ ਗੀਤ ਆਵੇ ਜਿਹਦਾ ਕੋਈ ਐਂਡ ਪੁਆਇੰਟ ਹੀ ਨਾ ਹੋਵੇ, ਹੈ ਨਾ। ਅਤੇ ਬਹੁਤ ਸ਼ੁਕਰ ਆ ਵੀ ਮੈਂ ਮੇਰੇ ਹਿੱਸੇ ਆਇਆ। ਮੈਂ ਦੇਖਦਾ ਹੁੰਦਾ, ਮੈਂ ਕਿਹਾ ਵੀ ਲੋਕ ਨਾ 5 ਮਿਲੀਅਨ 10 ਮਿਲੀਅਨ ਜਾਂ 15 ਮਿਲੀਅਨ ਤੱਕ ਲੋਕ ਸਕਸੈਸ ਇਹਨੂੰ ਐਪਰੀਸ਼ੀਏਟ ਕਰਦੇ ਆ। ਗਾਣਾ ਚੱਲ ਗਿਆ ਤੇ ਇਹ ਦੇਖਿਆ ਆਪਾਂ 150 ਮਿਲੀਅਨ ਦੇ ਲਾਗੇ ਛਾਗੇ ਇਹ ਹੋਣ ਵਾਲਾ, 200 ਹੋਣ ਵਾਲਾ, ਹਾਂ 200 ਹੋਣ ਵਾਲਾ। ਤੇ ਇਹ ਜਿਹੜਾ 100 ਮਿਲੀਅਨ ਕ੍ਰੋਸ ਕਰਨ ਦਾ ਬਾਈ ਜਿਹੜਾ ਜਿੱਦ ਹੁੰਦੀ ਹੈ ਨਾ, ਇਹ ਅੱਜ ਦੇ ਟਾਈਮ 'ਚ ਬਹੁਤ ਹੈਗੀ ਆ ਜਿੱਦ ਆ ਕਿ 100 ਮਿਲੀਅਨ ਕ੍ਰੋਸ ਹੋ ਜਾਵੇ, 100 ਕਰੋੜ ਹੋ ਜਾਵੇ ਤੇ 100 ਮਿਲੀਅਨ ਹੋ ਜਾਵੇ। ਇਹ ਇਹ ਫਿਲਮਾਂ 'ਚ 100 ਕਰੋੜ ਆ ਤੇ ਗਾਣਿਆਂ 'ਚ 100 ਮਿਲੀਅਨ ਆ। ਇਹ ਜਦੋਂ ਕ੍ਰੋਸ ਹੋ ਜਾਂਦੀ ਹੈ ਨਾ, ਇਹਦਾ ਸਵਾਦ ਵੱਖਰਾ ਹੀ ਹੁੰਦਾ। ਤਾਂ ਇਹ 100 ਮਿਲੀਅਨ ਦਾ ਕਿੰਨਾ ਕੁ ਸਵਾਦ ਆ ਬਾਈ? ਨੋ ਡਾਊਟ ਬਹੁਤ ਸਵਾਦ ਆ, ਪਰ ਇਹਦੇ ਨਾਲ ਹੋਰ ਬਾਕੀ ਕਈ ਚੀਜ਼ਾਂ ਬੇਸਵਾਦੀਆਂ ਹੋ ਜਾਂਦੀਆਂ, ਹੈ ਨਾ। ਇਹ ਫੈਕਟ ਹੈ ਯਾਰ। ਹੁਣ ਕਿਸੇ ਦੀ ਇੱਕ ਫਿਲਮ 100 ਕਰੋੜ ਕਰ ਗਈ, ਹੈ ਨਾ, ਜੇ ਅਗਲੀ 70 ਤੇ ਵੀ ਰਹਿ ਗਈ ਨਾ, ਜਦਕਿ 70 ਕਰੋੜ ਇਜ਼ ਅ ਬਿਗ ਸਕਸੈਸ, ਬਹੁਤ ਵੱਡੀ ਆ। ਹਾਂ, ਜੇ 70 ਤੇ ਵੀ ਰਹਿ ਗਈ ਨਾ, ਪਰ ਉਹ ਛੋਟੇ ਲੱਗੀ ਜਾਣਾ ਵੀ ਯਾਰ 100 ਕਰੋੜ ਨਹੀਂ ਆਇਆ, ਹੈ ਨਾ। ਸਹੀ ਗੱਲ ਕਹੀ, ਬੇਸਵਾਦੀਆਂ ਦਾ ਕੰਮ ਹੋ ਜਾਂਦਾ। ਨਾਲੇ ਉਹੀ ਜੇ 100 ਮਿਲੀਅਨ ਦੀ ਗੱਲ 50 ਮਿਲੀਅਨ ਵੀ ਹੋਵੇ ਬਾਈ, ਬਹੁਤ ਵੱਡੀ ਗੱਲ ਆ। 50 ਮਿਲੀਅਨ ਹੋਣਾ ਵੀ, 70 ਮਿਲੀਅਨ ਹੋਣਾ, 60 ਮਿਲੀਅਨ ਹੋਣਾ, ਹੈ ਨਾ, ਬਹੁਤ ਵੱਡੀ ਗੱਲ ਆ। ਬਿਲਕੁਲ ਬਿਲਕੁਲ। ਪਰ ਇੱਕ ਵਾਰ ਤਾਂ ਹੀ ਮੇਰੇ ਖਿਆਲ ਲੋਕ ਕਹਿੰਦੇ ਆ, ਕਹਿੰਦੇ ਜ਼ਿੰਦਗੀ 'ਚ ਨਾ ਤੁਹਾਨੂੰ ਕਾਮਯਾਬੀ ਮਿਲੇ ਤਾਂ ਮਿਲੇ, ਪਰ
ਤੁਹਾਨੂੰ ਨਾ ਤੁਹਾਡੀ ਮਿਹਨਤ ਸਟਰਗਲ ਤੋਂ ਬਾਅਦ ਤੁਹਾਨੂੰ ਕੁਛ ਹੱਦ ਤੱਕ ਤੁਹਾਨੂੰ ਉਹ ਟਾਰਗੇਟ ਮਿਲੇ, ਜਾਂ ਉਹ ਟਾਰਗੇਟ ਤੁਹਾਨੂੰ ਪਹਿਲਾਂ ਮਿਲ ਗਿਆ ਨਾ, ਫਿਰ ਜੇ ਜ਼ਿੰਦਗੀ ਤੁਹਾਡੇ ਦੂਜੇ ਤੀਜੇ ਪ੍ਰੋਜੈਕਟ ਟਾਰਗੇਟ ਨਾ ਮਿਲਿਆ, ਫਿਰ ਤੁਹਾਡੇ ਦਿਲ 'ਚੋਂ ਖੁਸ਼ੀ ਜੀ ਨਹੀਂ ਹੋਣੀ। ਬੜਾ ਚੈਲੇਂਜਿੰਗ ਮਾਮਲਾ ਹੈ ਵੀਰੇ, ਕਿਉਂਕਿ ਜਦੋਂ ਤੁਸੀਂ ਇੱਕ ਗਾਣਾ ਤੁਹਾਡਾ ਐਡਾ ਵੱਡਾ ਹਿੱਟ ਹੋ ਜਾਂਦਾ, ਤੁਸੀਂ ਤਾਂ ਕੀ ਆਪਣੇ ਹੱਥ ਵਾਸਤੇ ਹੈ ਹੀ ਨਹੀਂ, ਪਤਾ ਨਹੀਂ ਹੁਣ ਪਾਰਟ 2 ਆਉਣਾ, ਹੁਣ ਇਹਦਾ ਕੀ ਹੋਣਾ, ਲੋਕਾਂ ਨੂੰ ਵਧੀਆ ਲੱਗਣਾ ਨਹੀਂ ਲੱਗਣਾ, ਜੇ ਲੱਗਣਾ ਤਾਂ ਕਿੱਥੇ ਤੱਕ ਜਾਣਾ, 200 million ਹੋਣਾ ਜਾਂ 1 billion ਹੋ ਜਾਣਾ ਜਾਂ 2 million ਹੀ ਰਹਿ ਜਾਣਾ, ਗੋਡ ਨੋਜ਼। ਠੀਕ ਹੈ, ਅਸੀਂ ਆਪਣੇ ਵੱਲੋਂ ਆਪਣਾ ਕਰਮ ਕਰ ਦਿੱਤਾ, ਹੁਣ ਬੇਨਤੀਆਂ। ਮੈਂ ਇੱਕ ਚੀਜ਼ ਦੇਖੀ ਆ ਬਈ, ਆਪਾਂ ਜਿਵੇਂ ਹਰ ਰੋਜ਼ ਕਿਤੇ ਨਾ ਕਿਤੇ ਬਹਿੰਦੇ ਉੱਡਦੇ ਹੈ ਨਾ, ਵਿਚਰਦੇ ਰਹਿੰਦੇ ਹਾਂ ਕਾਫੀ ਸਾਰੇ ਆਰਟਿਸਟ ਦੇ ਨਾਲ, ਲੋਕ ਗੱਲਬਾਤ ਕਰਦੇ ਆ, ਲੋਕ ਪ੍ਰਮੋਸ਼ਨ ਕਰਦੇ ਆ, ਪਰ ਕਰਦੇ ਆ ਹਮੇਸ਼ਾ ਜਿਵੇਂ ਕੋਈ ਨਵੀਂ ਚੀਜ਼ ਆਉਣੀ ਹੋਵੇ, ਜਾਂ ਤੁਹਾਡਾ ਗਾਣਾ ਬਹੁਤ ਵੱਡੇ ਲੈਵਲ 'ਤੇ ਆ ਰਿਹਾ ਹੋਵੇ, ਜਾਂ ਤੁਹਾਡਾ ਗਾਣਾ ਜਾਂ ਤੁਹਾਡੀ ਫਿਲਮ ਬਹੁਤ ਵੱਡੇ ਲੈਵਲ 'ਤੇ ਆ ਰਹੀ ਹੋਵੇ, ਬਟ ਇਹ ਪਾਰਟ 2 ਦੀ ਨਾ ਖੁਸ਼ੀ ਜਿਹੜੀ ਜ਼ਾਹਿਰ ਕੋਈ ਕੋਈ ਕਰਦਾ ਹੁੰਦਾ ਹੈ ਨਾ, ਤਾਂ ਇਹ ਮੈਂ ਤੁਹਾਡੇ ਕਾਫੀ ਟਾਈਮ ਤੋਂ ਬੈਠਿਆ ਸੀਗਾ, ਮੈਂ ਚਿਹਰੇ 'ਤੇ ਦੇਖਿਆ, ਮੈਂ ਕਿਹਾ ਬਾਈ ਨੂੰ ਕਿੰਨੀ ਜ਼ਿਆਦਾ ਖੁਸ਼ੀ ਹੋਣੀ ਆ ਵੀ ਕਦੇ ਤਾਂ ਤੂੰ ਆਵੇਂਗਾ ਪਾਰਟ ਜਿਹੜਾ 2 ਹੈਗਾ ਉਹਦੀ ਪ੍ਰਮੋਸ਼ਨ ਬਾਈ ਕਰ, ਕਿਉਂਕਿ 8 ਸਾਲਾਂ ਦਾ ਜਿਹੜਾ ਹੈਗਾ ਲੋਕਾਂ ਦਾ, ਸੋਰੀ 6 ਸਾਲਾਂ ਦਾ ਜਿਹੜਾ ਹੈਗਾ ਲੋਕਾਂ ਦੇ ਸਵਾਲਾਂ ਦਾ ਜਵਾਬ ਆ ਹੁਣ ਜਿਹੜਾ ਮੈਂ ਦੇ ਰਿਹਾ, ਵੀ ਲਓ ਜੀ ਪਾਰਟ 2 ਤੁਸੀਂ ਕਹਿੰਦੇ ਸੀ ਕਦੋਂ ਆਊਗਾ, ਕਦੋਂ ਆਊਗਾ, ਆ ਗਿਆ। ਅਤੇ ਆਹ ਜਿਹੜਾ ਕਦੇ ਤਾਂ ਤੂੰ ਆਵੇਂਗਾ, ਉਹ ਐਤਕੀ ਆ ਗਿਆ ਕਿ ਨਹੀਂ ਆਇਆ, ਰੁਕ ਗਿਆ ਜੇ ਵਿੱਚ ਵਿੱਚ? ਨਹੀਂ ਉਹ ਆ ਗਿਆ, ਉਹ ਆ ਗਿਆ, ਹੁਣ ਆ ਕੇ ਉਹ ਕਹੀ ਜਾਂਦਾ ਕੁਛ, ਉਹ ਪਾਰਟ 2 'ਚ ਕਹਿ ਰਿਹਾ ਜੋ ਵੀ ਕਹਿ ਰਿਹਾ ਆ ਕੇ, ਮੈਨੂੰ ਉਹ ਕਿੰਨੇ ਚਿਰ ਤੋਂ ਆਇਆ ਹੀ ਨਹੀਂ। ਨਹੀਂ ਉਹ ਆ ਗਿਆ ਸੀ ਉਹਦੇ, ਤੁਸੀਂ ਪਿਛਲੇ ਵੀਡੀਓ 'ਚ ਦੇਖਿਆ ਐਂਡ 'ਤੇ ਆ ਕੇ ਗੋਡਿਆਂ 'ਤੇ ਡਿੱਗਿਆ, ਆ ਗਿਆ ਸੀ ਉਹ ਡਿੱਗਿਆ ਵੀ ਹੈਗਾ, ਹਾਂ ਗੋਡਿਆਂ 'ਤੇ ਡਿੱਗਿਆ ਜੀ, ਕਿੰਨਾ ਚੰਗਾ ਤੁਸੀਂ ਲਿਆਂਦਾ ਤੇ ਲਿਆ ਕੇ ਸਿੱਧਾ ਤੁਸੀਂ ਗੋਡਿਆਂ ਭਰ ਕੇ ਰਿਹਾ, ਭਰ ਕੇ ਰਿਹਾ ਉਹਨੂੰ, ਤੇ ਫਿਰ ਉਹ ਆ ਕੇ ਹੁਣ ਆਪਦੀ ਗੱਲ ਦੱਸ ਰਿਹਾ ਵੀ ਭਾਈ ਮੇਰੀ ਗਲਤੀ ਨਹੀਂ, ਮੈਨੂੰ ਪਤਾ ਨਹੀਂ ਸੀ। ਹਾਂ, ਤੇ ਜਿਹੜਾ ਇਹ ਜਿਹੜਾ ਤੁਸੀਂ ਲਿਆਂਦਾ ਹੈ, ਸਾਨੂੰ ਨਾ ਜਦੋਂ ਅਸੀਂ ਲਿਆ ਰਹੇ ਹੁੰਦੇ ਹਾਂ ਜਿਵੇਂ ਪਾਰਟ 2 ਬਣਾ ਰਹੇ ਹੁੰਦੇ ਹਾਂ ਜੀ, ਸਾਨੂੰ ਨਾ ਬਣਾਉਂਦੇ ਬਣਾਉਂਦੇ ਤੀਜੇ ਦੀ ਵੀ ਪਤਾ ਲੱਗਣ ਲੱਗ ਜਾਂਦੇ ਕਿ ਤੀਜੇ 'ਚ ਕੀ ਹੋ ਸਕਦਾ ਹੈ। ਹੁਣ ਤੇ ਦੇਖੋ ਦੇਖੋ ਕੋਈ ਥਾਟ ਨਹੀਂ ਮੇਰੇ ਕੋਲ, ਤੁਹਾਨੂੰ ਗੱਲ ਦੱਸਦਾ, ਪਹਿਲੇ ਤੁਸੀਂ ਦੋ ਕੀਤਾ ਤੂੰ ਕੀਤਾ, ਦੂਜੇ ਤੁਸੀਂ ਗੋਡਿਆਂ ਭਰ ਗਿਰ ਲਿਆ, ਮੈਨੂੰ ਲੱਗਦਾ ਤੀਜੇ ਤੁਸੀਂ ਆਪਣਾ ਤਬਾਹੀ ਕਰੋਗੇ ਬੰਦੇ ਨੂੰ ਜੇ ਲਿਆਉਂਗੇ। ਰਣਵੀਰ ਦੇਖੋ ਮਾਰਨਾ ਪੈਣਾ ਇੱਕ ਦਮ, ਨਹੀਂ ਫਿਰ ਉਹ ਨਾ ਜਿੱਦਾਂ ਜ਼ਿਆਦਾ, ਈਵਨ ਮੈਂ ਤਾਂ ਪਾਰਟ 2 ਬਣਾਉਣ ਦੇ ਹੱਕ 'ਚ ਵੀ ਨਹੀਂ ਸੀਗਾ, ਅਤੇ ਮੈਂ ਸ਼ੁਰੂ ਤੋਂ ਹੀ ਮੇਰੀ ਇਹ ਸਟੇਟਮੈਂਟ ਸੀ ਕਿ ਯਾਰ ਨਹੀਂ ਕਰਨਾ, ਆਪਾਂ ਤਾਂ ਸੀਕੁਅਲ ਨਹੀਂ ਕਰਨਾ, ਬਸ ਇਹ ਜੋ ਸੀ ਹੋ ਗਿਆ, ਬਸ ਖਤਮ ਕਰੋ, ਕਿਉਂਕਿ ਆ ਪਾਰਟ 2 ਕਰਕੇ ਕਈ ਵਾਰੀ ਤੁਸੀਂ ਪਹਿਲੀ ਚੀਜ਼ ਨੂੰ ਛੋਟਾ ਕਰ ਲੈਂਦੇ, ਉਹ ਡਰ ਵੀ ਹੈ, ਹੁਣ ਵੀ ਡਰ ਹੈ, ਬਟ ਹੁਣ ਪਾਰਟ 2 ਬਣਾ ਲਿਆ, ਮੈਨੂੰ ਨਹੀਂ ਲੱਗਦਾ ਵੀ 3 ਤਾਂ ਨਹੀਂ ਬਣਾਵਾਂਗੇ, ਬਾਕੀ ਡਿਪੈਂਡ ਕਰਦਾ ਹੈਗਾ ਇਸ ਤੋਂ ਬਾਅਦ ਵੀ ਜੇ ਲੋਕ ਮੰਗਣਗੇ। ਐਂਡ ਰਣਵੀਰ ਬਾਈ, ਇੱਕ ਚੀਜ਼ ਨਾ ਜਿਹੜੀ ਸਮੇਂ ਦੇ ਹਿਸਾਬ ਨਾਲ ਬਹੁਤ ਚੇਂਜ ਹੋਈ ਆ ਜੀ, ਉਹ ਹੋਈ ਹੈ ਤੁਹਾਡੀ ਸਿੰਗਿੰਗ, ਤੁਹਾਡੀ ਗਾਇਕੀ ਜੀ। ਜਦੋਂ ਤੁਸੀਂ ਗਾਣਾ ਕੀਤਾ ਸੀਗਾ ਕਦੇ ਦਾ ਤੂੰ ਆਵੇਂਗਾ, ਉਸ ਟਾਈਮ ਮਿਊਜ਼ਿਕ ਤੇ ਸਿੰਗਰ ਸੂਫੀਜ਼ਮ ਜਾਂ ਮਿਊਜ਼ਿਕ ਉਸ ਤਰੀਕੇ ਦਾ ਬਣਦਾ ਸੀਗਾ ਹੈ ਨਾ, ਸੂਦਿੰਗ ਪਿਆਰਾ ਜਾਂ ਮੁਹੱਬਤੀ ਹੈ ਨਾ ਮਿਊਜ਼ਿਕ ਹੋਵੇ, ਬੀਟ ਵੀ ਬਣਦੇ ਸੀਗੇ, ਬਟ ਬੀਟ ਵੀ ਉਦਾਂ ਦੇ ਬਣਦੇ ਸੀਗੇ ਜਿਹਨਾਂ ਨੂੰ ਤੁਸੀਂ ਬੀਟ ਕਹਿ ਸਕਦੇ ਹੋ ਹੈ ਨਾ। ਬਿਲਕੁਲ ਬਿਲਕੁਲ, ਅੱਜ ਦੇ ਟਾਈਮ ਉਦਾਂ ਦੇ ਬੀਟ ਦੀ ਵੀ ਘਾਟ ਆ ਜਿਸ ਤੁਸੀਂ ਖੁੱਲ ਕੇ ਨੱਚ ਸਕੋ ਬੀਟ ਗਾਣੇ ਢੋਲ ਧੜੱਕੇ ਵਾਲੇ, ਹਾਂ ਨਹੀਂ ਉਦਾਂ, ਕਿਉਂਕਿ ਮਿਊਜ਼ਿਕ ਬੜਾ ਬਦਲ ਚੁੱਕਿਆ ਹੈ, ਵੈਸਟਰਨਾਈਜ਼ੇਸ਼ਨ, ਮਿਊਜ਼ਿਕ ਬੜਾ ਬਦਲ ਚੁੱਕਿਆ, ਤੇ ਜਿਹੜਾ ਮਿਊਜ਼ਿਕ ਬਦਲਿਆ ਨਾ, ਇਹ ਸਿੰਗਰ ਦੀ ਲਾਈਫ 'ਚ ਵੀ ਫਰਕ ਪਿਆ, ਲਿਖਾਰੀ ਦੀ ਲਿਖਤ ਵੀ ਬਦਲੀ ਆ, ਤੇ ਓਬਵੀਅਸਲੀ ਜਿਵੇਂ ਆਪਾਂ ਗੱਲ ਕਹਿ ਰਹੇ ਹਾਂ ਨਾ ਵੀ ਕਾਫੀ ਸਾਰੀ ਚੀਜ਼ਾਂ ਆਰਟਿਸਟ ਦੀ ਜ਼ਿੰਦਗੀ 'ਚੋਂ ਬਦਲੀਆਂ ਨੇ, ਤਾਂ ਸੂਫੀਜ਼ਮ ਜਿਹੜਾ ਤੁਹਾਡੀ ਜ਼ਿੰਦਗੀ 'ਚ ਬਹੁਤ ਵੱਡਾ ਪਾਰਟ ਰਿਹਾ ਜੀ ਜੀ, ਜਿਹੜੀ ਤੁਹਾਡੀ ਗਾਇਕੀ ਆ, ਇਹਨੂੰ ਤੁਸੀਂ ਅੱਜ ਦੇ ਦੌਰ 'ਚ ਕਿਵੇਂ ਦੇਖਦੇ ਹੋ ਵੀ ਜਿੱਦਾਂ ਦਾ ਟ੍ਰੈਂਡ ਸੈਟਰ ਤੁਹਾਡੇ ਪਹਿਲੇ ਗਾਣੇ ਨੇ ਕੀਤਾ ਆ, ਜਿੱਦਾਂ ਦਾ ਮਿਊਜ਼ਿਕ ਤੁਸੀਂ ਸੁਣ ਕੇ ਆਪਣੇ ਗਾਣੇ ਨੂੰ ਕੀਤਾ ਸੀਗਾ, ਅੱਜ ਤੁਸੀਂ ਉਹ ਟੱਚ ਕਿਤੇ ਨਾ ਕਿਤੇ ਵਾਪਸ ਲੈ ਕੇ ਆ ਰਹੇ ਹੋ, ਬਟ ਆਡੀਅੰਸ
ਬਿਲਕੁਲ ਚੇਂਜ ਹੋ ਚੁੱਕੀ ਹੈ, ਬਿਕੋਜ਼ ਇਹ ਹੁਣ ਹੋਰ ਬਹੁਤ ਕੁਝ ਅਜੀਬ ਚੱਲਣ ਲੱਗ ਪਿਆ, ਇਹ ਕਹਿਣਾ ਚਾਹੁੰਦੇ ਤੁਸੀਂ? ਮੈਂ ਦੇਖੋ ਸ਼ੁਰੂ ਤੋਂ ਹੀ ਜਿਹੜੀ ਚੇਂਜ ਹੈਗੀ ਹੈ ਨਾ ਉਹ ਸਮੇਂ ਦੀ ਨੀਡ ਹੈ। ਚੇਂਜ ਜਿਹੜੀ ਹੈਗੀ ਹੈ ਮੁੱਢ ਕਦੀ ਤੁਸੀਂ ਲਾਓ, ਪਹਿਲਾਂ ਵੀ ਜਿਹੜਾ ਹੈਗਾ ਉਹ ਡਿਸਕੋ ਡਾਂਸਰ ਵਗੈਰਾ ਗਾਣੇ ਚੱਲਦੇ ਹੁੰਦੇ ਸੀਗੇ, ਫਿਰ ਢੋਲਕੀਆਂ ਤਬਲਿਆਂ 'ਤੇ ਆ ਗਏ ਅਸੀਂ, ਫਿਰ ਉਹ ਤਾਂ ਇਹ ਤਾਂ ਬਣਿਆ, ਫੈਸ਼ਨ ਵੀ ਹਰ ਤਰੀਕੇ ਦਾ ਰਿਪੀਟ ਹੁੰਦਾ, ਮਿਊਜ਼ਿਕ ਵੀ ਜਿਹੜਾ ਹੈਗਾ ਮਤਲਬ ਚੇਂਜ, ਲੋਕ ਥੋੜ੍ਹੀ ਦੇਰ ਬਾਅਦ ਬੋਰ ਹੋ ਜਾਂਦੇ। ਹੁਣ ਅੱਜ ਕੱਲ੍ਹ ਅਟੈਂਸ਼ਨ ਸਪੈਨ ਘੱਟ ਗਿਆ ਹੋਇਆ, ਮੈਨੂੰ ਲੱਗਦਾ ਬਈ ਹੁਣ ਜੇ ਆਹ ਦੌਰ ਚੱਲ ਰਿਹਾ ਤਾਂ ਵਾਪਸ ਉਹ ਦੂਜਾ ਵੀ ਆਉਣਾ ਹੀ ਆਉਣਾ। ਅਤੇ ਇੱਕ ਚੀਜ਼ ਹੋਰ, ਜਿਹੜੇ ਇੱਦਾਂ ਦੇ ਗਾਣੇ ਜਿਵੇਂ ਕਦੇ ਤਾਂ ਤੂੰ ਆਵੇਂਗਾ ਜਾਂ ਹੋਰ ਜਿਹੜੇ ਸੈਡ ਰੋਮੈਂਟਿਕ ਗਾਣੇ ਖਾਸ ਤੌਰ 'ਤੇ, ਬਹੁਤ ਸਾਰੇ ਇੱਦਾਂ ਦੇ ਗਾਣੇ ਜਿਹੜੇ ਲੋਕਾਂ ਦੇ ਜ਼ਿਹਨ 'ਚ 24 ਘੰਟੇ, ਇਹਨਾਂ ਦੀ ਲਾਈਫ ਜ਼ਿਆਦਾ ਹੁੰਦੀ ਆ, ਹੈ ਨਾ? ਅਤੇ ਇਹਨਾਂ ਦਾ ਭਾਅ ਜੀ ਇੱਕ ਵੱਖਰਾ ਸਪੇਸ ਹੈ, ਮੈਨੂੰ ਨਹੀਂ ਲੱਗਦਾ ਵੀ ਇਸ ਗਾਣੇ ਦੀ ਜਾਂ ਇਹਨਾਂ ਗਾਣਿਆਂ ਦੀ ਅੱਜ ਕੱਲ੍ਹ ਦੇ ਜਿਹੜਾ EDM ਜਾਂ ਜਿਹੜਾ ਦੂਸਰੇ ਤਰੀਕੇ ਦਾ ਮਿਊਜ਼ਿਕ ਥੋੜ੍ਹਾ ਵੈਸਟਰਨਾਈਜੇਸ਼ਨ ਵਾਲਾ ਜ਼ਿਆਦਾ ਚੱਲਣ ਲੱਗ ਪਏ, ਉਹਦੇ ਨਾਲ ਕੋਈ ਇਹਨੂੰ ਇਫੈਕਟ ਹੋਊਗਾ? ਨਹੀਂ, ਕਿਉਂਕਿ ਇਹਦਾ ਇੱਕ ਵੱਖਰਾ ਆਡੀਅੰਸ ਵਰਗ ਹੈਗਾ, ਉਹ ਹੈਗਾ ਆ। ਮੈਨੂੰ ਇਹਦੀ ਇੱਕ ਬੜੀ ਪਿਆਰੀ ਗੱਲ ਲੱਗੀ, ਇਹਨੂੰ ਥੋੜ੍ਹਾ ਜਿਹਾ ਮੈਂ ਹੋਰ ਖੋਲਣਾ ਚਾਹੂੰਗਾ ਕਿ ਜਿਹੜੇ ਇੱਦਾਂ ਦੇ ਗਾਣੇ ਹੁੰਦੇ ਨਾ, ਇਹਦੇ ਵਿੱਚ ਤੁਸੀਂ ਪੈਸਾ ਇਨਕਲੂਡ ਨਹੀਂ ਕਰ ਸਕਦੇ ਵੀ ਆਪਣੇ ਨੂੰ ਇੰਨਾ ਜ਼ਿਆਦਾ ਪੈਸਾ ਆਊਗਾ, ਬਾਕੀ ਗਾਣੇ ਥੋੜ੍ਹਾ ਬਿਜ਼ਨਸ ਕਰਦੀਆਂ ਨੇ। ਉਹੀ ਮੈਨੂੰ ਤਾਂ ਅੱਜ ਤੱਕ ਕੋਈ ਸ਼ਬਦ ਸਮਝ ਨਹੀਂ ਆਇਆ। ਬਹੁਤ ਸਾਰੇ ਕੰਪਨੀਆਂ ਵਾਲੇ ਪ੍ਰੋਡਿਊਸਰ ਜਾਂ ਬਹੁਤ ਸਾਰੇ ਸਿੰਗਰ ਵੀ ਇਸ ਗੱਲ ਨੂੰ ਕਰ ਰਹੇ, ਯਾਰ ਕਮਰਸ਼ੀਅਲ ਜਿਹਾ ਗਾਣਾ ਕਰੀਏ। ਇਹ ਕਿਹੜਾ ਹੁੰਦਾ, ਕਿਹੜਾ ਹੁੰਦਾ ਕਮਰ, ਤੁਸੀਂ ਦੱਸ ਸਕਦੇ ਮੈਨੂੰ ਕਮਰਸ਼ੀਅਲ ਗਾਣਾ ਕਿਹੜਾ ਹੁੰਦਾ ਬਾਈ? ਮਤਲਬ ਬਾਈ ਕਮਰਸ਼ੀਅਲ ਗਾਣਾ ਇਨ ਦਾ ਸੈਂਸ ਕਿ ਜਿਹੜਾ ਅੱਜ ਦਾ ਯੂਥ, ਜਿਹੜਾ ਅੱਜ ਦੀ ਨੌਜਵਾਨ ਪੀੜ੍ਹੀ ਹੈਗੀ, ਜਿਹੜੇ ਅੱਜ ਦੇ ਲੋਕ ਸੁਣ ਰਹੇ ਆ, ਉਹ ਨੱਚ ਸਕਣ। ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਕਿਉਂਕਿ ਮੇਨ ਆਡੀਅੰਸ ਜਿਹੜੀ ਯੂਥ ਹੀ ਹੈ, ਜਿਹੜਾ ਸਾਡੇ ਕੋਲ ਸਟੈਟਿਸਟਿਕਸ ਆਉਂਦੇ ਆ ਸਾਡੇ, ਤਾਂ ਉਹ 16 ਸਾਲ ਤੋਂ ਲੈ ਕੇ 24 ਸਾਲ ਤੱਕ ਦਾ ਜਿਹੜਾ ਏਜ ਗਰੁੱਪ ਹੈਗਾ, ਉਹ ਹੀ ਸੁਣਦਾ। ਪਰ ਮੈਂ ਇਹ ਸੋਚਦਾ ਸੀਗਾ, ਫਿਰ ਤੁਸੀਂ ਇੱਕ ਕਲਾਕਾਰ ਹੋ ਗਏ, ਤੁਸੀਂ ਕੀ ਜ਼ਿੰਮੇਵਾਰੀ ਨਿਭਾਈ ਵੀ ਮੈਂ ਚੰਗਾ ਹੀ ਗਾਉਣਾ? ਫਿਰ ਜੇ ਤੁਸੀਂ ਮੰਨ ਲਓ ਇੱਦਾਂ ਹੀ ਹੋ ਗਏ, ਹੁਣ ਮੈਂ ਕਹਿ ਰਿਹਾ ਕਿ ਸਤਿੰਦਰ ਸਰਤਾਜ ਬਾਈ ਵਧੀਆ ਗਾਣੇ ਕਰਕੇ ਨਹੀਂ ਕੰਮ ਕਰ ਰਿਹਾ, ਕਰਤਾ ਰਿਹਾ ਯਾਰ, ਲੋਕ ਸੁਣਦੇ ਆ। ਜੇ ਤੁਸੀਂ ਗੰਦ ਬਲਾ ਨਹੀਂ ਸੁੱਟੋਗੇ ਉੱਧਰ ਨੂੰ, ਤਾਂ ਉਹ ਵੀ ਨਹੀਂ ਵਿਚਾਰੇ ਕਰਨਗੇ ਉੱਧਰੋਂ। ਮੈਨੂੰ ਇੱਦਾਂ ਲੱਗਦਾ ਕਿ ਲੋਕਾਂ ਦੇ ਨਾ ਇੱਦਾਂ ਦੇ ਟੇਸਟ ਦੇ ਨਾ ਐਫਰਟ ਘੱਟ ਗਏ, ਜਿਹੜੇ ਸੁਰ ਵਾਲੇ ਲੋਕ। ਐਕਚੁਅਲ ਦੇ ਵਿੱਚ ਕੀ ਹੈਗਾ ਕਿ ਅੱਜ ਕੱਲ੍ਹ ਗਾਉਣਾ ਵਜਾਉਣਾ ਬਾਹਲਾ ਕਿਸੇ ਨੂੰ ਆਉਂਦਾ ਨਹੀਂ, ਆਉਂਦਾ ਨਹੀਂ। ਉਹੋ ਜਿਹੇ ਗਾਉਣ ਵਾਲੇ, ਉਹੋ ਜਿਹੇ ਲਿਖਣ ਵਾਲੇ, ਉਹੋ ਜਿਹੇ ਹੀ ਮਿਊਜ਼ਿਕ ਕਰਨ ਵਾਲੇ, ਉਹੋ ਜਿਹੇ ਗਾਂ ਫਿਰ ਸੁਣਨ ਵਾਲੇ। ਹਾਂ, ਠੀਕ ਹੈ। ਅਤੇ ਉਹ ਹੁਣ ਮੈਨੂੰ ਐਂ ਲੱਗਦਾ ਹੈਗਾ ਵੀ ਯਾਰ ਕੁਛ ਕੁ ਬੰਦੇ ਤਾਂ ਇੱਦਾਂ ਦੇ ਹੋਣ ਜਿਹੜੇ ਜ਼ਿੰਮੇਵਾਰੀ ਇਹ ਨਿਭਾ ਕੇ ਰੱਖਣ, ਚੱਕ ਕੇ ਰੱਖਣ ਵੀ ਹਾਂ ਯਾਰ ਵੀ ਮੈਂ ਚੰਗੀ ਚੀਜ਼ ਹੀ ਕਰਨੀ ਹੈ, ਚੱਲੇ ਨਾ ਚੱਲੇ ਕੋਈ ਗੱਲ ਨਹੀਂ, ਇੱਕ ਹੱਦ ਤੱਕ ਪੈਰ ਬਚਾ ਕੇ। ਜਿੱਦਾਂ ਮੰਨ ਲਓ ਵੀ ਮੈਂ, ਚਲੋ ਤੁਹਾਡੀ ਗੱਲ ਸਮਝ ਗਿਆ, ਕਮਰਸ਼ੀਅਲ ਤੁਸੀਂ ਜਿੱਦਾਂ ਡਿਸਕ੍ਰਾਈਬ ਕੀਤਾ, ਮੈਂ ਉਸ ਗੱਲ 'ਤੇ ਵੀ ਆ ਜਾਂਦਾ ਵੀ ਹਾਂ ਯਾਰ ਉੱਦਾਂ ਦਾ ਹੁਣ ਮੇਰਾ ਗਾਣਾ ਕਦੇ ਤਾਂ ਆਵੇਂ ਗਾ, ਹਰੇਕ ਵਰਗ ਨੇ ਸੁਣਿਆ। ਮੈਨੂੰ ਹੈ ਸਕੂਨ ਹੈ, ਇਸ ਗੱਲ ਦਾ ਬੜਾ ਸਕੂਨ ਹੈ ਵੀ ਫਿਰ ਇਹਦੇ 'ਚ ਕੋਈ ਭੜਕੀਲੀ ਗੱਲ ਜਾਂ ਕੋਈ ਚੱਕਵੀਂ ਗੱਲ ਜਾਂ ਕੋਈ ਉਹ ਤਾਂ ਨਹੀਂ ਸੀ, ਹੈ ਨਾ? ਕੁਛ ਵਧੀਆ ਹੀ ਸੀਗਾ, ਹੈ ਨਾ? ਚੰਗਾ ਹੀ ਸੀ, ਸੂਦਿੰਗ ਸੀਗਾ, ਸਾਰਾ ਕੁਛ ਸੀ, ਸਕੂਨ ਨਾਲ ਸਕੂਨ ਸੀਗਾ। ਅਤੇ ਇੱਦਾਂ ਦਾ ਹੀ ਕਰਕੇ ਜੇ ਆਪਣਾ ਕੰਮ ਚੱਲ ਰਿਹਾ, ਫਿਰ ਆਪਾਂ ਹੈ ਨਾ, ਮੈਂ ਕਈ ਕਲਾਕਾਰਾਂ ਨੂੰ, ਮੈਂ ਚਲੋ ਕਾਹਨੂੰ ਕਹਿਣਾ ਕਿਸੇ ਨੂੰ, ਹੈ ਨਾ, ਪਰ ਮੈਨੂੰ ਇੱਦਾਂ ਲੱਗਦਾ ਹੈਗਾ ਵੀ ਹਾਂ ਯਾਰ ਕਰ ਲਓ ਉੱਦਾਂ ਦਾ ਵੀ ਕਰ ਲਓ, ਇੱਕ ਅੱਧਾ ਕਰ ਲਓ ਵਿੱਚ ਟਾਵਾਂ ਟਾਵਾਂ, ਪਰ ਨੇਰੇ ਪੂਰੇ ਉੱਧਰ ਨੂੰ ਨਾ ਹੋਵੋ, ਤੁਸੀਂ ਇੱਧਰ ਨੂੰ ਵੀ ਆਓ ਯਾਰ। ਹਾਂ ਵੀ ਤੁਸੀਂ ਕੱਲ੍ਹ ਨੂੰ, ਹੁਣ ਮੈਂ ਮੰਨ ਲਓ ਵੀ ਮੈਨੂੰ ਸ਼ੋਅ 'ਤੇ ਬੁੱਕ ਕਰਦੇ ਲੋਕ ਬੁਲਾਉਂਦੇ ਸਾਨੂੰ, ਹੈ ਨਾ, ਜਿੱਦਾਂ ਮੇਲੇ ਹੈ, ਉੱਥੇ ਮੇਲੇ ਦੇ ਵਿੱਚ 10 ਸਾਲ ਦਾ ਬੱਚਾ ਵੀ ਹੈ ਅਤੇ 70 ਸਾਲ ਦਾ ਬਜ਼ੁਰਗ ਵੀ ਹੈ, ਬੰਦੇ ਵੀ ਹੈ, ਬੁੜੀਆਂ ਵੀ ਹੈ,
ਠੀਕ ਹੈ, ਮੁੰਡੇ ਕੁੜੀਆਂ ਸਾਰੇ ਤਰ੍ਹਾਂ ਦੀ ਆਡੀਅੰਸ ਹੈ, ਅਤੇ ਸੁਣਨ ਵਾਲੇ ਸਾਹਮਣੇ ਬਾਬੇ ਵੀ ਬੈਠੇ ਹੁਣ ਜਿਹੜੇ ਰੱਬ ਦਾ ਨਾਂ ਲੈਂਦੇ ਆ, ਫਕੀਰ ਲੋਕ ਆ, ਹੈ ਨਾ। ਹੁਣ ਉੱਥੇ ਜਾ ਕੇ ਮੈਂ ਮੰਨ ਲਓ ਵੀ ਉੱਦਾਂ ਦੀ ਗੱਲ ਚੱਲੀ ਵੀ ਜਾਂਦਾ, ਅੱਜ ਕੱਲ੍ਹ ਹੋਈ ਜਾਂਦਾ ਬਥੇਰੇ ਮਿਲ ਲਿਆ, ਅਤੇ ਮੈਂ ਦੇਖੀ ਜਾਂਦਾ ਵੀ ਕਮਾਲ ਹੋ ਗਈ, ਅੱਛਾ ਯਾਰ ਇੰਨਾ ਸਿੰਗਰਾਂ ਨਾਲ ਵੀ ਬੁਲਾਇਆ, ਅਤੇ ਫਿਰ ਵੀ ਆਪਾਂ ਕਾਹਤੋਂ ਇੱਧਰ ਨੂੰ ਚੱਕਰ 'ਚ ਪਏ, ਹੈ ਨਾ। ਜੇ ਮੈਂ ਇੱਦਾਂ ਸੋਚਿਆ ਤਾਂ ਇੱਦਾਂ ਹੋ ਸਕਦਾ, ਪਰ ਮੈਨੂੰ ਐਂ ਲੱਗਦਾ ਹੈਗਾ ਬੜਾ ਦੁਖਾਂਤ ਆ ਇਹ ਪੰਜਾਬ ਦਾ, ਪੰਜਾਬੀ ਕਲਚਰ ਦਾ, ਪੰਜਾਬੀ ਗਾਣਿਆਂ ਦਾ। ਬਈ ਉਹ ਤੁਹਾਡੀ ਗੱਲ ਵੀ ਲੋਕਾਂ ਦੀ ਸੋਚ ਚੇਂਜ ਹੋ ਗਈ, ਲੋਕਾਂ ਦੀ ਠੀਕ ਹੈ, ਮਾਡਰਨਾਈਜੇਸ਼ਨ ਹੋਣੀ ਜ਼ਰੂਰੀ ਆ, ਪਰ ਇੱਕ ਹੱਦ ਤੱਕ ਹੋਣੀ ਜ਼ਰੂਰੀ ਹੈ। ਜੇ ਤੁਸੀਂ ਦੋ ਗਾਣੇ ਉੱਦਾਂ ਦੇ ਕਰਦੇ ਹੋ ਤਾਂ ਇੱਕ ਤਾਂ ਘੱਟੋ ਘੱਟ ਉੱਦਾਂ ਦਾ ਵੀ ਕਰੋ ਨਾ ਜਿਹੜਾ ਤੁਹਾਡਾ ਐਕਚੁਅਲ ਬੇਸ ਹੈ। ਬਸ ਇੰਨੀ ਕੁ ਗੱਲ ਦੀ ਗੱਲ। ਰਣਬੀਰ ਦੀ ਜ਼ਿੰਦਗੀ 'ਚ 150-200 million ਤੋਂ ਬਾਅਦ ਬਦਲਾਵ ਆਇਆ ਕੀ ਗਾਣੇ? ਕੋਈ ਬਦਲਾਵ ਨਹੀਂ ਭਾਅ ਜੀ, ਜਿਹੋ ਜਿਹੇ ਘੋਗੜਾ ਸੀ ਪਹਿਲਾਂ ਸੀਗੇ ਉਹੋ ਜਿਹੇ ਹੋਣਾ। ਬਈ ਹਰੇਕ ਨਾਲ ਦਿਲ ਤੋਂ ਚੱਲੀਦਾ, ਚੁਸਤੀਆਂ ਚਲਾਕੀਆਂ ਸਾਨੂੰ ਆਈਆਂ ਨਹੀਂ, ਠੀਕ ਹੈ। ਚਾਰ ਲੋਕ ਜ਼ਿਆਦਾ ਜਾਣਨ ਲੱਗ ਗਏ, ਭਾਜੀ ਭਾਜੀ ਹੋਣ ਲੱਗ ਪਈ, ਹੈ ਨਾ। ਅਤੇ ਪਰ ਅਸੀਂ ਅੰਦਰ ਬਾਹਰ ਉਹ ਜਿਹੇ ਹੀ ਹਾਂ ਜਿਹੜੇ ਲੋਕ ਪਹਿਲਾਂ ਚਾਰ ਸਾਡੇ ਨਾਲ ਸੀ, ਜਿਹੜੇ ਆਪਦੇ ਯਾਰ ਦੋਸਤ ਪੱਕੇ, ਜਿਹੜੇ ਅੱਜ ਵੀ ਉਹੀ ਨਾਲ ਨੇ। ਅਤੇ ਹੋਰ ਜਿਹੜੇ ਟੈਂਪਰੇਰੀ ਲੋਕ ਬਹੁਤ ਆਉਂਦੇ ਆ, ਉਹ ਆਪਣਾ ਆਪਣਾ ਕੰਮ ਕਰਦੇ ਆ, ਚਲ ਜਾਂਦੇ ਆ, ਹੈ ਨਾ। ਚਿੜੀ ਚੋਂਚ ਫਿਰ ਲੈ ਗਈ ਅਤੇ ਨਦੀ ਨਾ ਖੱਟੀ ਉਹ ਨੀਰ, ਉਹ ਵਾਲਾ ਹਿਸਾਬ ਆ ਵੀ ਦਰਿਆ ਬਣਨ ਦੀ ਕੋਸ਼ਿਸ਼ ਕਰੀਏ। ਮੈਨੂੰ ਐਂ ਲੱਗਦਾ ਹੈਗਾ ਵੀ ਹਾਂ ਤੁਸੀਂ ਇੰਨਾ ਆਪਣੇ ਆਪ ਨੂੰ ਇੰਨਾ ਵਾਸਟ ਕਰ ਲਓ, ਤੁਹਾਨੂੰ ਫਰਕ ਹੀ ਨਾ ਪਵੇ ਕੌਣ ਆਇਆ ਕੌਣ ਗਿਆ, ਜਾਂ ਕੌਣ ਤੁਹਾਡੇ ਬਾਰੇ ਚੰਗਾ ਕਹਿ ਰਿਹਾ ਕੌਣ ਤੁਹਾਡੇ ਬਾਰੇ ਮਾੜਾ ਕਹਿ ਰਿਹਾ, ਕੋਈ ਕ੍ਰਿਟੀਸਾਈਜ਼ ਕਰ ਰਿਹਾ ਤੁਹਾਨੂੰ। ਜਿੱਦਾਂ ਮੈਨੂੰ ਲੱਗਦਾ ਮੈਨੂੰ ਰੀਸੈਂਟਲੀ ਮੇਰੀ ਇੱਕ ਰੀਲ 'ਤੇ ਕਿਸੇ ਨੇ ਕੋਈ ਨੈਗੇਟਿਵ ਕਮੈਂਟ 2-4-5 ਕੀਤੇ ਹੋਣਗੇ, ਮੈਨੂੰ ਕੋਈ ਦੱਸਦਾ ਸੀ ਕਿਸੇ ਨੇ ਵੀ ਯਾਰ ਤੁਹਾਡੀ ਰੀਲ 'ਤੇ ਇੱਦਾਂ ਦਾ ਕਮੈਂਟ ਆਏ ਹੋਏ ਆ, ਤੁਸੀਂ ਭਾਅ ਜੀ ਦੇਖਿਆ? ਮੈਂ ਕਿਹਾ ਯਾਰ ਕੀ ਫਰਕ ਪੈਂਦਾ। ਉਹ ਮੁਕਾਮ ਤੇ ਹੁਣ ਪਹੁੰਚ ਗਏ। ਇਸ ਕਰਕੇ ਭਾਜੀ ਕੋਈ ਬਦਲਾਵ, ਕੋਈ ਕਿਸੇ ਕਿਸਮ ਦੀ ਚੀਜ਼ ਜਿਹੜੀ ਹੈਗੀ ਮੈਟਰ ਨਹੀਂ ਕਰਦੀ। ਹੁਣ ਇੱਦਾਂ ਹੈਗਾ ਵੀ ਠੀਕ ਆ, ਆਪਾਂ ਜੋ ਕਰ ਰਹੇ ਹਾਂ, ਜੋ ਸਾਡੀ ਰੂਹ ਨੂੰ ਸਕੂਨ ਦੇ ਰਿਹਾ ਸੀ ਉਹ ਕਰਦੇ ਹਾਂ, ਤੇ ਉਹ ਕਰਦੇ ਰਵਾਂਗੇ। ਅੱਜ ਕੱਲ੍ਹ ਤਾਂ ਬਈ ਇੰਨਾ ਵਿਊਜ਼ ਦੀ ਖੇਡ ਹੋ ਚੁੱਕੀ ਹੈ ਕਿ ਯੂਟਿਊਬ ਮੈਟਰ ਕਰਦਾ ਕਰਦਾ, ਪਰ ਯੂਟਿਊਬ ਤੋਂ ਜ਼ਿਆਦਾ ਮੈਟਰ ਕਰਦੀ ਹੈ ਇੰਸਟਾਗ੍ਰਾਮ ਦੀ ਰੀਲ ਦੇ ਵਿਊਜ਼, ਹੈ ਨਾ, ਵੀ ਕਿੰਨੇ ਹੋ ਗਏ। ਦੇਖੋ ਜੀ ਜ਼ਮਾਨਾ, ਮੈਂ ਉਹੀ ਗੱਲ ਕਹਿ ਰਿਹਾ ਵੀ ਸਮੇਂ ਦੀ ਨੀਡ ਹੈਗੀ ਹੈ ਚੀਜ਼, ਹੈ ਨਾ। ਜੇ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਇੰਸਟਾਗ੍ਰਾਮ ਰੀਲਾਂ ਦਾ ਜ਼ਮਾਨਾ, ਜਿੱਦਾਂ ਟਿਕਟੋਕ ਨੇ ਗਾਹ ਪਾਇਆ ਸੀ, ਚਲੋ ਟਿਕਟੋਕ ਸਾਡੇ ਕੰਟਰੀ 'ਚ ਕੰਟੀਨਿਊ ਨਹੀਂ ਰਿਹਾ, ਹੁਣ ਇੰਸਟਾਗ੍ਰਾਮ ਰੀਲਸ ਨੇ ਰਿਪਲੇਸ ਕਰ ਦਿੱਤਾ ਉਹਨਾਂ ਨੂੰ, ਤਾਂ ਹੁਣ ਇੰਸਟਾਗ੍ਰਾਮ ਰੀਲਸ ਦਾ ਜ਼ਮਾਨਾ, ਤਾਂ ਇਹ ਵੀ ਵਧੀਆ ਹੀ ਆ, ਪੋਜ਼ਿਟਿਵ ਪੁਆਇੰਟ ਆ, ਸੌਖਾ ਹੋ ਗਿਆ। ਪੂਰੇ ਗਾਣੇ 'ਤੇ ਮਿਹਨਤ ਕਰਨ ਦੀ ਲੋੜ ਨਹੀਂ, ਦੋ ਲਾਈਨਾਂ ਗਾ ਕੇ ਪਾਓ ਤੁਸੀਂ ਚੱਲ ਜਾਂਦੇ ਆ, ਲੋਕ ਤੁਹਾਨੂੰ ਜਾਣਨ ਲੱਗ ਪੈਂਦੇ ਯਾਰ, ਤਾਂ ਵਧੀਆ ਹੀ ਆ ਨਾ। ਬਈ ਮੈਨੂੰ ਤਾਂ ਗਾਣੇ ਲੈਣ ਸੁਣਾ ਦਿਓ ਪਹਿਲਾਂ, ਗਾਣੇ ਲੈਣ ਤਾਂ ਕੀ, ਜਦੋਂ ਤੁਸੀਂ ਐਵੇਂ ਕਰੋ ਜਿਹੜਾ ਨਵਾਂ ਗਾਣਾ ਹੈਗਾ ਤਾਂ ਅੰਤਰਾ ਸੁਣਾਓ, ਕਿਉਂਕਿ ਮੈਨੂੰ ਅੰਤਰੇ ਬਹੁਤ ਪਸੰਦ ਹੁੰਦੇ ਗਾਣੇ, ਸੱਚੀ ਮੈਨੂੰ ਗਾਣੇ ਦੀ ਹੁੱਕ ਲੈਣ ਤਾਂ ਜਦੋਂ ਚੰਗੀ ਲੱਗਦੀ, ਪਰ ਮੈਂ ਅੰਤਰਾ ਸੁਣਨਾ ਚਾਹੁੰਦਾ, ਉਹ ਸੁਣਾਓ ਜਿਹੜਾ ਸੁਣਾਇਆ ਨਹੀਂ ਹੁਣ ਤੱਕ, ਉਹ ਸੁਣਾ ਦਿੰਦੇ ਜੀ। ਹਾਂ, ਸੀ ਤੂੰ ਜਦ ਦੂਰ ਮੇਰੇ ਤੋਂ ਨੇੜੇ ਸੀ, ਯਾਦ ਯਾਰਾ ਕੀ ਦੱਸਾਂ ਮੈਂ, ਕੀ ਹੋਇਆ ਤੇਰੇ ਤੋਂ ਬਾਅਦ ਯਾਰਾ, ਖੁੱਲ ਕੇ ਨਾ ਹੱਸ ਪਾਇਆ, ਖੁੱਲ ਕੇ ਨਾ ਰੋ ਪਾਇਆ, ਇਮਾਨਕ ਤੈਨੂੰ ਛੱਡ ਕੇ ਨਾ ਕਿਸੇ ਦਾ ਹੋ ਪਾਇਆ, ਇਮਾਨਕ ਤੈਨੂੰ ਛੱਡ ਕੇ ਨਾ ਕਿਸੇ ਦਾ ਹੋ ਪਾਇਆ, ਕੀ ਦਿਨ ਕੀ ਹੈ ਰਾਤ ਮੇਰੀ, ਹਰ ਪਲ ਬਾਤ ਤੇਰੀ, ਮੰਗਦੇ ਆ ਰੱਬ ਕੋਲੋਂ ਤੈਨੂੰ ਪੱਲੇ ਅੱਡ ਕੇ, ਤੇਰਾ ਸੀ ਮੈਂ ਤੇਰਾ ਤੇਰਾ ਹੀ ਰਹੂੰਗਾ, ਜਾਣਾ ਨੀ ਕਦੇ ਵੀ ਹੁਣ ਤੈਨੂੰ ਛੱਡ ਕੇ। ਕੀ ਬਾਤ ਹੈ, ਸਕੂਨ ਆ ਬਾਈ, ਸ਼ੁਕਰੀਆ। ਆਪਦਾ ਗਾਣਾ ਰਾਤੀ 2-3 ਵਜੇ ਜਿਵੇਂ ਇਕੱਲੇ ਏਅਰਫੋਨ ਲਗਾ ਕੇ ਸੁਣਦੇ? ਮੈਂ ਆਪਦੇ ਗਾਣੇ ਬਹੁਤ ਘੱਟ ਸੁਣਦਾ ਵੀਰੇ, ਕਦੇ ਤਾਂ ਆਏਗਾ ਸਭ ਤੋਂ ਘੱਟ ਸੁਣਿਆ ਮੈਂ। ਹਾਂ, ਮੇਰਾ ਲੀਸਟ ਪਸੰਦ ਗਾਣਾ ਆ, ਦੇਖ ਲਓ ਹਰਕਤਾਂ ਕਲਾਕਾਰ ਦੀ।
ਨਹੀਂ ਮੈਂ ਬਹੁਤ ਵਾਰੀ ਕਹਿਣਾ ਹੁੰਦਾ ਯਾਰ ਪੂਰੀ ਦੁਨੀਆ ਰਿਵਾਰ ਹੋ ਗਈ ਕਹਿੰਦੇ ਆਪਦੇ ਗਾਣੇ ਬਹੁਤ ਇਹਦੇ ਚ ਵਧੀਆ ਲੱਗਦਾ ਯਾਰ ਤੇ ਮੈਨੂੰ ਨਹੀਂ ਸੱਚੀ ਮੇਰਾ ਲੀਸਟ ਫੇਵਰਟ ਮੈਂ ਆਪਣਾ ਗਾਣਾ ਹੱਸਣਾ ਸਿੱਖਦੀ ਸੀ ਮੈਂ ਬਹੁਤ ਸੁਣਿਆ ਮੇਰਾ ਗਾਣਾ ਸੀ ਇਸ਼ਕ ਦੇ ਜ਼ਖਮ ਮੈਂ ਬਹੁਤ ਸੁਣਿਆ ਰਿਪੀਟ ਮੈਂ ਆਪ ਹੀ ਕਮਲਿਆਂ ਮੈਂ ਜਿੱਥੇ ਜਾਣਾ ਉਹੀ ਰਿਪੀਟ ਤੇ ਲੈ ਰਿਹਾ ਮੈਨੂੰ ਵਧੀਆ ਲੱਗਦਾ ਸੀ ਉਹਦਾ ਵਾਈਬ ਮੈਨੂੰ ਵਧੀਆ ਬਈ ਜਿਹੜੇ ਬੰਦੇ ਰੋਮਾਂਟਿਕ ਹੁੰਦੇ ਆ ਜਿਹੜੇ ਬੰਦੇ ਥੋੜਾ ਜਿਹਾ ਲਾਈਕ ਥੋੜੇ ਸੈਡ ਵੀ ਹੁੰਦੇ ਆ ਜੀ ਕਦੀ ਕਦੀ ਨਾ ਸੁਰ ਦੇ ਨਾਲ ਜਦੋਂ ਲਿਖਤ ਦੇ ਨਾਲ ਸੁਰ ਮਿਲ ਜਾਂਦੇ ਆ ਨਾ ਜਿਵੇਂ ਤੁਹਾਡੀ ਲਿਖਤ ਵੀ ਮੰਗਿਆ ਮੈਂ ਰੱਬ ਕੋਲੋਂ ਤੈਨੂੰ ਪੱਲੇ ਅੱਡ ਕੇ ਜਦੋਂ ਏਦਾਂ ਦੀ ਲੈਣਾ ਅਸੀਂ ਲਿਖਦੇ ਹਾਂ ਤਾਂ ਜਦੋਂ ਪੂਰੇ ਸੁਰ ਦੇ ਨਾਲ ਗਾਉਂਦੇ ਹਾਂ ਫਿਰ ਨਾ ਮੈਂ ਓਬਜ਼ਰਵ ਕੀਤਾ ਬਹੁਤ ਸਾਰੇ ਕਲਾਕਾਰਾਂ ਨੂੰ ਅੰਦਰ ਤੋਂ ਨਾ ਇਨਸਾਨ ਥੋੜ੍ਹਾ ਥੋੜ੍ਹਾ ਰੋਂਦਾ ਵੀ ਆ ਜਦੋਂ ਤੁਹਾਡੇ ਅੰਦਰ ਲਿਖਤ ਟੁੱਟਵੀਂ ਆ ਜਾਂਦੀ ਹੈ ਦੇਖੋ ਤੁਸੀਂ ਆਪ ਫੀਲ ਕਰਦੇ ਹੋ ਇਹ ਬੜੇ ਵਾਰ ਇੱਦਾਂ ਹੁੰਦਾ ਬਈ ਹੁਣ ਸਾਹਮਣੇ ਨਹੀਂ ਨਜ਼ਰ ਆਉਂਦੀ ਉਹ ਚੀਜ਼ ਹਾਂ ਤੇ ਪਰ ਅੰਦਰ ਇੱਕ ਅਜੀਬ ਜਿਹੀ ਚੀਜ਼ ਧੁੱਖ ਰਹੀ ਹੁੰਦੀ ਹੈ ਕਿ ਚੀਜ਼ ਅਜੀਬ ਜਿਹੀ ਟੁੱਟ ਜੇ ਰਹੀ ਹੁੰਦੀ ਹੈ ਸਮਝ 'ਚ ਨਹੀਂ ਲੱਗਦੀ ਹੁੰਦੀ ਵੀ ਯਾਰ ਗੱਲ ਕੀ ਹੈ ਆਪਾਂ ਨੂੰ ਕੋਈ ਤਕਲੀਫ ਹੈ ਤੇ ਜਦੋਂ ਉਹ ਚੀਜ਼ ਆਉਂਦੀ ਹੈ ਨਾ ਬਈ ਸੁਰ ਹੋਰ ਜ਼ਿਆਦਾ ਵਧੀਆ ਨਿਕਲਦਾ ਹਾਂਜੀ ਉਦੋਂ ਤੁਸੀਂ ਐਕਚੁਅਲ ਜਦੋਂ ਰੂਹ ਤੋਂ ਗਾ ਰਹੇ ਹੋ ਕਨੈਕਟਡ ਫੀਲ ਕਰਦੇ ਤੁਸੀਂ ਹੈ ਨਾ ਤੇ ਜਦੋਂ ਗੱਲ ਕੁਛ ਨਹੀਂ ਹੈ ਜਪਜੀ ਸਾਹਿਬ ਦੀਆਂ ਬਹੁਤ ਖੂਬਸੂਰਤ ਸਤਰਾਂ ਨੇ ਹੈ ਨਾ ਹੁਣ ਮੈਂ ਉਹ ਤਾਂ ਕਾਹਨੂੰ ਜ਼ਿਕਰ ਕਰਨਾ ਪਰ ਗੱਲ ਹੈ ਵੀ ਉਹਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਵੀ ਜ਼ਿਕਰ ਕੀਤਾ ਵੀ ਗਾਣੇ ਨੂੰ ਪਹਿਲਾਂ ਸਮਝੋ ਉਹ ਹੈ ਕੀ ਹੈ ਉਹ ਕਹਿ ਕੀ ਰਿਹਾ ਉਹਨੂੰ ਮਹਿਸੂਸ ਕਰੋ ਫੀਲ ਕਰੋ ਫੇਰ ਕਹੋ ਗੱਲ ਤੁਸੀਂ ਕੋਈ ਵੀ ਕਹਿੰਦੇ ਆ ਮੰਨ ਲਓ ਮੈਂ ਤੁਹਾਨੂੰ ਆਪ ਬੋਲ ਰਿਹਾ ਤਾਂ ਇਹ ਮੇਰਾ ਭਾਵ ਜਿਹੜਾ ਇਹਦੇ ਨਾਲ ਜੇ ਨਹੀਂ ਆਊਗਾ ਉਹ ਸੈਂਸਲੈਸ ਹੋਊਗਾ ਫੀਲ ਜੇ ਨਹੀਂ ਆਊਗਾ ਤੇ ਇਹੀ ਕੋਸ਼ਿਸ਼ ਕਰੀਦੀ ਆ ਵੀ ਜਿਹੜੀ ਵੀ ਕੋਈ ਗੱਲ ਆ ਜਿਹੜਾ ਕੋਈ ਲਾਈਨ ਆ ਉਹਨੂੰ ਪਹਿਲਾਂ ਫੀਲ ਕਰੀ ਵੀ ਇਹਦਾ ਐਕਸਪ੍ਰੈਸ਼ਨ ਕੀ ਹੋਊਗਾ ਕਿੱਦਾਂ ਕਹੀ ਜਾ ਸਕਦੀ ਹੈ ਵਧੀਆ ਤਰੀਕੇ ਨਾਲ ਐਂ ਕਹਿ ਕੇ ਸੋਹਣੀ ਲੱਗੂਗੀ ਜਾਂ ਐਂ ਕਹਿ ਕੇ ਸੋਹਣੀ ਲੱਗੂਗੀ ਤਾਂ ਜਿਹੜਾ ਬੈਸਟ ਮਨ ਨੂੰ ਸਕੂਨ ਲੱਗਦਾ ਜਾਂ ਦੋ ਚਾਰ ਜਣਿਆਂ ਨੂੰ ਪੁੱਛ ਕੇ ਯਾਰ ਇੱਦਾਂ ਕਹੀਏ ਕਿ ਇੱਦਾਂ ਕਿ ਜਿੱਦਾਂ ਅਸੀਂ ਟੀਮ ਮਿਊਜ਼ਿਕ ਵਾਲੇ ਟਰਪਨ ਬੀਟਸ ਜਾਂ ਲਿਰਿਸਿਸਟ ਅਸੀਂ ਇਕੱਠੇ ਬਹਿ ਕੇ ਸਾਰੇ ਜੋ ਸਾਰੇ ਕੰਮ ਕਰਦੇ ਹਾਂ ਅਤੇ ਫਿਰ ਜਿੱਦਾਂ ਸਾਰੇ ਕਹਿੰਦੇ ਯਾਰ ਇੱਦਾਂ ਜ਼ਿਆਦਾ ਵਧੀਆ ਲੱਗ ਰਿਹਾ ਭਾਅ ਜੀ ਫਿਰ ਉਹੀ ਐਕਸਪ੍ਰੈਸ਼ਨ ਦੇ ਨਾਲ ਜਦੋਂ ਚੀਜ਼ ਨੂੰ ਤਰੀਕੇ ਨਾਲ ਕਿਹਾ ਜਾਂਦਾ ਪ੍ਰੋਪਰ ਸੁਰ ਦੇ ਨਾਲ ਕਿਹਾ ਜਾਂਦਾ ਫਿਰ ਉਹਨੇ ਆਪੇ ਯਾਰ ਇੱਕ ਨਾ ਰਣਬੀਰ ਕਪੂਰ ਦੀ ਫਿਲਮ ਸੀਗੀ ਰੌਕਸਟਾਰ ਜੀ ਉਹਦੇ 'ਚੋਂ ਕਹਿੰਦਾ ਸੀਗਾ ਕਿ ਮੋਟਾ ਬਾਈ ਜਬ ਤੱਕ ਦਿਲ ਨਹੀਂ ਨਾ ਟੁੱਟੇਗਾ ਤਬ ਤੱਕ ਉਹ ਪਿਆਰ ਦਿਖੋਗਾ ਨਹੀਂ ਮਤਲਬ ਕਿ ਪਿਆਰ ਕਾ ਪਿਆਰ ਕੈਸੇ ਹੋਗਾ ਜਬ ਤੱਕ ਦਿਲ ਨਹੀਂ ਟੁੱਟੇਗਾ ਮੇਰਾ ਤਦ ਤੱਕ ਮੇਰੇ ਕੋਲ ਪਿਆਰ ਕੀ ਸਮਝ ਨਹੀਂ ਆਏਗੀ ਬਿਲਕੁਲ ਸਹੀ ਗੱਲ ਸੈਡ ਇੱਦਾਂ ਦੇ ਗਾਣੇ ਗਾਉਂਦੇ ਹੋ ਬਾਈ ਚਲੋ ਫੀਲ ਦਾ ਹੋਣਾ ਤਾਂ ਜ਼ਰੂਰੀ ਆ ਪਰ ਦਿਲ ਦਾ ਟੁੱਟਣਾ ਵੀ ਜ਼ਰੂਰੀ ਆ ਦਿਲ ਬਾਈ ਕਹਿਣ ਦਾ ਸਿੱਧਾ ਸਿੱਧਾ ਆਇਆ ਕਿ ਰਣਬੀਰ ਦਾ ਦਿਲ ਟੁੱਟਿਆ ਨਹੀਂ ਦਿਲ ਟੁੱਟਿਆ ਹੁਣ ਤੁਸੀਂ ਮੈਂ ਉਸੇ ਗੱਲ ਤੇ ਤੁਹਾਡੇ ਤੇ ਆਉਣਾ ਉਹ ਦਿਲ ਟੁੱਟਣ ਨੂੰ ਆਪਾਂ ਇਹੀ ਕਹਿ ਲੈਂਦੇ ਕਿ ਕਿਸੇ ਕੁੜੀ ਨੇ ਮੇਰਾ ਦਿਲ ਤੋੜਿਆ ਹੋਵੇ ਦਿਲ ਮੇਰਾ ਇਦਾਂ ਵੀ ਟੁੱਟਿਆ ਮੈਂ ਕਿਸੇ ਬੰਦੇ ਤੇ ਯਕੀਨ ਕੀਤਾ ਉਹਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਮੇਰਾ ਦਿਲ ਟੁੱਟ ਗਿਆ ਨਹੀਂ ਪਰ ਗੱਲ ਇਹ ਹੈ ਕਿ ਦਿਲ ਟੁੱਟ ਤੁਸੀਂ ਡਿਫਾਈਨ ਸਹੀ ਤਰੀਕੇ ਨਾਲ ਕੀਤਾ ਪਰ ਜਿੱਦਾਂ ਹੀ ਥੋੜੀ ਲਿਖਤ ਆ ਤੈਨੂੰ ਪੱਲੇ ਅੱਡ ਕੇ ਉਹ ਕਹਿ ਤਾਂ ਕੁੜੀ ਨੂੰ ਲਿਖਿਆ ਮੈਂ ਨੀ ਪਹਿਲੀ ਗੱਲ ਤਾਂ ਲਿਖਿਆ ਇਮਾਨ ਠੀਕ ਹੈ ਤੁਹਾਡੀ ਗੱਲ ਵੀ ਐਕਸਪ੍ਰੈਸ ਤਾਂ ਮੈਂ ਕਰ ਰਿਹਾ ਨਾ ਫੀਲ ਕਿੱਦਾਂ ਆ ਰਿਹਾ ਕਿਉਂ ਆ ਰਿਹਾ ਮੈਨੂੰ ਲੋਕ ਕਹਿੰਦੇ ਤੁਸੀਂ ਬਹੁਤ ਫੀਲ ਨਾਲ ਕਹਿੰਦੇ ਤੁਹਾਡਾ ਦਿਲ ਟੁੱਟਿਆ ਮੈਂ ਕਿਹਾ ਯਾਰ ਵੀ ਮੈਥੋਂ ਤਾਂ ਭਾਵੇਂ ਕਿਸੇ ਦਾ ਟੁੱਟ ਗਿਆ ਹੋਵੇ ਵੀ ਇੰਨਾ ਆਪਾਂ ਕਿਸੇ ਨੂੰ ਤਵੱਜੋ ਦਿੱਤੀ ਨਹੀਂ ਹੈ ਨਾ ਵੀ ਜਿਹੜਾ ਇੱਕ ਵਾਰ ਚਲਾ ਗਿਆ ਉਹਨੂੰ ਜਾਣ ਦਿੱਤਾ ਵੀ ਜਾ ਭਰਾਵਾ ਕੋਈ ਗੱਲ ਨਹੀਂ ਸੀਗਾ ਹੈ ਨਾ ਪਰ ਹਾਂ ਇੱਦਾਂ ਨਹੀਂ ਹੁੰਦਾ ਕਿ ਬਈ ਆਪਾਂ ਇੰਨੇ ਪੱਥਰ ਦੇ ਲਾਂ ਕਿ ਬਈ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿਸੇ ਦਾ ਜਾਣਾ ਹੁੰਦਾ ਨੋ ਡਾਊਟ ਪਰ ਐਵੇਂ ਉਹਦੇ ਬਾਰੇ ਬ੍ਰੈਕ ਕਰਨ ਦਾ ਕੀ ਫਾਇਦਾ ਰੌਲਾ ਪਾਈ ਜਾਈਏ ਹਾਂ ਠੀਕ ਹੈ ਜਿਹੜੀ ਚੀਜ਼ ਹੁਣ ਮਤਲਬ ਮੈਨੂੰ ਮੈਂ ਕਈ ਵਾਰੀ ਆਪ ਸੋਚਦਾ ਵੀ ਯਾਰ ਇੰਨੀਆਂ ਫੀਲਿੰਗਾਂ ਕਾਹ ਤੋਂ ਆਉਣ ਲੱਗ ਪਈਆਂ ਐਡੀ ਕਿਹੜੀ ਗੱਲ ਹੋ ਗਈ ਨਹੀਂ ਤੁਸੀਂ ਇੰਨੀ ਗੱਲ ਕਮਾ ਤੀ ਮੈਂ ਸੁਣੀ ਗਿਆ ਪਰ ਮੈਨੂੰ ਸਮਝ ਨਹੀਂ ਆਈ ਕਿ ਦਿਲ ਟੁੱਟਿਆ ਕਿ ਨਹੀਂ ਹਾਂ ਨਾ ਦੱਸੋ ਚਲੋ ਲਾ ਲਓ ਵੀ ਟੁੱਟਿਆ ਹੁਣ ਇੱਕ ਅੱਧੀ ਵਾਰ ਕਿਤੇ ਠੀਕ ਹੈ ਤੇ ਜਦੋਂ ਦਿਲ ਟੁੱਟਿਆ ਸੀਗਾ ਉਦੋਂ ਕੋਈ ਚੀਜ਼ ਦਿਲ 'ਚ ਆਈ ਸੀਗੀ ਕੋਈ ਗਾਣਾ ਕੋਈ ਲਿਖਤ ਕੋਈ ਕੋਈ ਆਪਣੀ ਭਾਵਨਾ ਕੋਈ ਦੱਸੀ ਸੀ ਕਿਸੇ ਕਾਪੀ ਕਿਤਾਬ ਜੀ ਜਾਂ ਫੋਨ ਦੇ ਨੋਟਸ 'ਚ ਕਿਤੇ ਐਕਸਪ੍ਰੈਸ ਕੀਤੀ ਸੀਗੀ ਤਾਂ ਇਕੱਲੇ ਬਹਿ ਕੇ ਕਿਉਂਕਿ ਉਸ ਟਾਈਮ ਇਨਸਾਨ ਹੁੰਦਾ ਤਾਂ ਇਕੱਲੇ ਹੀ ਆ ਇਦਾਂ ਇਦਾਂ ਕਈ ਵਾਰੀ ਜਿੱਦਾਂ ਮੈਂ ਬਹੁਤ ਘੱਟ ਇੱਦਾਂ ਵੈਸੇ ਕਰਦਾ ਬਹੁਤ ਘੱਟ ਲਿਖਦਾ ਮੈਂ ਪਰ ਇੱਕ ਦੋ ਚੀਜ਼ਾਂ ਜਿਹੜੀਆਂ ਸੀਗੀਆਂ ਮੈਨੂੰ ਇੱਕਦਮ ਪਤਾ ਨਹੀਂ ਕਿਉਂ ਉਹ ਆਈਆਂ ਕਿਉਂ ਮੈਂ ਲਿਖ ਲਈਆਂ ਉਹ ਕਿਉਂ ਇੱਦਾਂ ਉਹ ਕੀ ਲਿਖਿਆ ਉਹ ਇੱਦਾਂ ਹੀ ਕੁਛ ਲਾਈਨਾਂ ਹੀ ਸੀਗੀਆਂ ਉਹਨੂੰ ਪਤਾ ਨਹੀਂ ਮੈਂ ਕਦੇ ਉਹ ਕਦੇ ਬਾਹਰ ਲੈ ਕੇ ਆਉਣੀਆਂ ਸੀ ਕਹਿੰਦੀ ਅੱਜ ਤੁਸੀਂ ਪੁੱਛ ਲਈਓ ਮੈਨੂੰ ਯਾਦ ਆ ਗਈ ਇੱਕਦਮ ਹੁਣੇ ਕਿ ਤੇਰੀ ਗੱਲ ਕਰਦਾ ਕਰਦਾ
ਯਾਦਾਂ ਵਾਲੀ ਠੰਡ ਵਿੱਚ ਠਰਦਾ। ਕੀ ਬਾਤ ਹੈ। ਤੇਰੀ ਗੱਲ ਕਰਦਾ ਕਰਦਾ ਯਾਦਾਂ ਵਾਲੀ ਠੰਡ ਵਿੱਚ ਠਰਦਾ, ਗੱਲ ਕਰਦੇ ਅੱਖਾਂ ਭਰਦਾ, ਲੋਕਾਂ ਤੋਂ ਛੁਪਾਉਂਦਾ ਰਹਿੰਦਾ ਹਾਂ ਮੈਂ। ਹਾਏ ਹਾਏ। ਹੈਂ ਕਿ ਮਹੀਨਾ ਚੜਿਆ ਮਾਘ ਦਾ, ਸਾਰੀ ਸਾਰੀ ਰਾਤ ਜਾਗਦਾ, ਮੈਨੂੰ ਪਤਾ ਨਹੀਂ ਲੱਗਦਾ ਰਾਗ ਦਾ, ਬਸ ਗਾਉਂਦਾ ਰਹਿੰਦਾ ਹਾਂ ਮੈਂ। ਕੀ ਬਾਤ ਹੈ। ਹੈਂ ਉਹ 'ਚ ਸੀਗਾ ਕਿ ਮੇਰੀ ਬੇਵਫਾਈ ਦੇ ਤੇਰੀ ਰਸਵਾਈ ਦੇ, ਮੇਰੀ ਬੇਵਫਾਈ ਦੇ ਤੇਰੀ ਰਸਵਾਈ, ਚਾਵਲ ਮੈਂ ਮਾਰੀ ਸੀ ਤੇ ਤੂੰ ਇਸ ਕਰਕੇ ਮੈਨੂੰ ਛੱਡਿਆ, ਮੇਰੀ ਬੇਵਫਾਈ ਦੇ ਤੇਰੀ ਰਸਵਾਈ ਦੇ ਕਿੱਸੇ ਆਪਣੀ ਜੁਦਾਈ ਦੇ, ਵਾਰ 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 ਖੁਦ ਨੂੰ ਸੁਣਾਉਂਦਾ ਰਹਿੰਦਾ ਹਾਂ ਮੈਂ, ਗਾਉਂਦਾ ਰਹਿੰਦਾ ਹਾਂ ਮੈਂ, ਲੋਕਾਂ ਤੋਂ ਛੁਪਾਉਂਦਾ ਰਹਿੰਦਾ ਹਾਂ। ਕੀ ਬਾਤ ਹੈ ਯਾਰ। ਕਿ ਤੇਰੇ ਜਾਣ ਪਿੱਛੋਂ ਪਤਾ ਨਹੀਂ ਕਿੰਨਾ ਹੀ ਰੋਲਿਆ ਮੈਂ, ਹੌਲੀ ਹੌਲੀ ਸਮਝ ਆ ਰਿਹਾ ਕਿ ਕੀ ਖੋਲਿਆ ਮੈਂ। ਵਾਹ। ਹੈਂ ਇਹ ਪਤਾ ਨਹੀਂ, ਇੱਕ ਦਿਨ ਇਹ ਤਾਂ ਹੋਇਆ, ਮੈਨੂੰ ਵੀ ਲੱਗਿਆ ਪਤਾ ਨਹੀਂ ਕਿਹੜਾ ਸੱਪ ਲੜ ਗਿਆ। ਕੀ ਬਾਤ ਹੈ ਯਾਰ। ਦੇਖੋ ਦਿਲ ਦੇ ਤੀਰ ਕੱਢਣੇ ਸੀਗੇ, ਮੈਂ ਕੱਢਤੇ ਹੈ ਨਾ, ਤੇ ਇਹ ਪਹਿਲੀ ਵਾਰ ਅੱਜ ਮੈਂ ਸਕਰੀਨ ਤੇ ਕਿਤੇ ਇਦਾਂ ਇਹ ਚੀਜ਼ ਬੋਲੀ ਹੈ। ਨਹੀਂ ਨਹੀਂ ਬਾਈ, ਮੈਨੂੰ ਮੈਂ ਨਾ ਓਬਜ਼ਰਵ ਕਰ ਲਿਆ ਸੀਗਾ, ਮੈਂ ਕਿਹਾ ਜਿਹੜਾ ਬੰਦਾ ਇਮੋਸ਼ਨਲ ਹੋ ਕੇ ਗੀਤ ਗਾਉਂਦਾ, ਮੈਂ ਥੋੜ੍ਹਾ ਜਦੋਂ ਗੀਤ ਗਾ ਰਹੇ ਸੀਗੇ ਨਾ, ਮੈਂ ਥੋੜ੍ਹੀ ਲਿਖਤ ਵੱਲ ਚੋਂ ਧਿਆਨ ਦਿੱਤਾ ਜੀ ਜੀ, ਪਰ ਜਦੋਂ ਕੋਈ ਪੇਨਫੁਲ ਵਰਡ ਆਉਂਦਾ ਹੈ ਨਾ, ਫਿਰ ਥੋੜ੍ਹੇ ਐਕਸਪ੍ਰੈਸ਼ਨ ਜ਼ਿਆਦਾ ਬਿਆਨ ਕਰਦੇ ਆ, ਫਿਰ ਮੈਨੂੰ ਲੱਗਦਾ ਕਿ ਇਨਸਾਨ ਜਦੋਂ ਉਹ ਤੁਸੀਂ ਮੈਂ ਇਹ ਇੱਕ ਸਿੰਗਰ ਦੀ ਜਿਹੜੀ ਇੱਕ ਕੁਆਲਿਟੀ ਪਹਿਲੀ ਇਹ ਹੋਣੀ ਚਾਹੀਦੀ ਵੀ ਤੁਸੀਂ ਭਾਵੇਂ ਕਿਸੇ ਦੀ ਵੀ ਗੱਲ ਕਰ ਰਹੇ, ਤੁਸੀਂ ਉਹਨੂੰ ਆਪਦੇ 'ਤੇ ਮਹਿਸੂਸ ਕਰੋ ਕਿੱਦਾਂ ਲੱਗਿਆ ਹੋਣਾ ਯਾਰ ਜਦੋਂ ਆਹ ਗੱਲ ਇੱਦਾਂ ਹੋਈ ਹੋਣੀ, ਤੁਸੀਂ ਤਾਂ ਹੀ ਕਹਿ ਸਕਦੇ ਹੋ। ਯੈਸ। ਅਤੇ ਰਣਵੀਰ ਬਾਈ, ਕੰਨਾਂ 'ਚ ਮੁੰਦਰਾਂ ਦਾ ਕੀ ਸੀ ਨਾ, ਮੁੰਦਰਾਂ ਕਦੋਂ ਪਾਈਆਂ ਜੀ? ਨਹੀਂ ਤਾਂ ਬਾਈ, ਮੈਨੂੰ ਜਦੋਂ ਮੈਂ 10ਵੀਂ ਦੇ ਪੇਪਰ ਦਿੱਤੇ ਸੀ 2007 'ਚ, ਮੈਂ ਮੈਟ੍ਰਿਕ ਕੀਤੀ ਹੈ 2007 'ਚ, ਬਸ ਸਕੂਲ ਖਤਮ ਹੋਇਆ ਨਹੀਂ ਤਾਂ ਯਾਰ ਹੋਣਾ ਨੇ ਘਰੇ ਕਲੇਸ਼ ਪਾਲੇ ਵੀ ਆਪਾਂ ਕੰਨ ਬਣਾਉਣੇ ਆ, ਮੇਰੇ ਘਰਦੇ ਕਹਿੰਦੇ ਵੀ ਘਰੇ ਨਾ ਆ ਜੀ ਕੰਨ ਬਣਾ ਕੇ, ਕਿਸੇ ਨੂੰ ਦੇਖ ਕੇ ਬਣਾਏ? ਨਹੀਂ ਨਹੀਂ, ਕਿਸੇ ਨੂੰ ਦੇਖ ਕੇ ਨਹੀਂ ਭਾਜੀ, ਮੈਂ ਈਵਨ ਉਹ ਚਲੋ ਹੁਣ ਆਹ ਜਿਹੜੀਆਂ ਮੇਰੇ ਪਾਈਆਂ ਹੋਈਆਂ ਸੋਨੇ ਦੀਆਂ, ਇਹ ਮੇਰੀ ਦਾਦੀ ਦੀਆਂ। ਅੱਛਾ, ਦਾਦੀ ਦੀ? ਹਾਂ, ਇਹ ਡਿਜ਼ਾਈਨ ਬਹੁਤ ਲੋਕਾਂ ਨੇ ਮੇਰੇ ਤੋਂ ਕਾਪੀ ਕੀਤਾ, ਬਹੁਤ ਜਨਤਾ ਮੇਰੇ ਤੋਂ ਫੋਟੋ ਮੰਗਦੀ, ਭਾਜੀ ਦੀ ਫੋਟੋ ਦੇ ਦਿਓ ਸਾਨੂੰ ਪਲੀਜ਼, ਅਸੀਂ ਬਣਾ ਲਓ ਯਾਰ। ਅਤੇ ਇਹ ਉਦੋਂ ਮੇਰੇ ਕੰਨ ਵੀ ਜਿਹੜੇ ਹੈਗੇ, ਸਾਡੀ ਬੀਬੀ ਮੇਰੇ ਨਾਲ ਜਾ ਕੇ ਬਣਵਾ ਕੇ ਲੈ ਗਏ ਸੀ, ਕਿਉਂਕਿ ਘਰ ਦੇ ਮੰਮੀ ਜਿਹੜੀ ਮੰਨ ਨਹੀਂ ਸੀ ਰਹੇ, ਉਹ ਮਾਤਾ ਸਾਡੀ ਥੋੜ੍ਹੀ ਜਿਹੀ, ਉਹ ਚਲੋ ਵੀ ਨਿਆਣੇ ਨੂੰ ਟੋਕਣੇ ਹੁੰਦਾ, ਕਹਿੰਦੇ ਵੀ ਘਰੇ ਨਾ ਆ ਜੀ, ਆਪਾਂ ਰੋਟੀ ਖਾਣੀ ਬੰਦ ਕਰਤੀ, ਇੱਕ ਡੰਗ ਹੀ ਬੰਦ ਕੀਤੀ ਸੀ, ਬੀਬੀ ਸਾਡੀ ਸਟੈਂਡ ਲੈ ਗਈ, ਕਹਿੰਦੀ ਲੈ ਮੁੰਡਾ ਤਾਂ ਨਹੀਂ ਮਾਰਨਾ, ਚੱਲ ਕਹਿੰਦੀ ਕਿੱਥੋਂ ਬਣਾਉਣੇ ਨੇ। ਮੈਨੂੰ ਯਾਦ ਆ, ਮੈਂ ਨਾ ਇੱਕ ਵਾਰੀ ਕੋਕਾ ਬਣਾਇਆ ਸੀਗਾ, ਇਹੀ 10ਵੀਂ 12ਵੀਂ ਦੀ ਗੱਲ ਆ, ਕੰਜ ਨਵਾਂ ਨਵਾਂ ਮੈਂ ਵੀ ਕਿਸੇ ਨੂੰ ਦੇਖਿਆ ਸੀਗਾ, ਤੇ ਉਹਨਾਂ ਨੇ ਤੇਲ ਤੂਲ ਜਿਹਾ ਲਾਤਾ ਤਾਂ ਕਿ ਕੰਨ ਪਹਿਲੀ ਵਾਰ ਬਣਵਾਇਆ, ਤੇ ਤੇਲ ਤੋਂ ਮੈਂ ਮਾੜਾ ਜਿਹਾ ਘਰੇ ਗਿਆ, ਮੈਂ ਨਾ ਕੰਨ ਨੂੰ ਪਹਿਲਾਂ ਐਵੇਂ ਹੱਥ ਰੱਖ ਕੇ ਰੱਖਿਆ, ਮੰਮੀ ਦੇਖਿਆ, ਮੈਂ ਕਹਿੰਦੀ ਮੈਨੂੰ ਮੁੜ ਕੇ ਤਾਂ ਕਦੀ ਰੱਖਿਆ ਨੀ ਹੱਥ, ਐਤਕੀ ਰੱਖਿਆ ਤੇ ਜਦੋਂ ਬਾਈ ਦੇਖਿਆ ਕੰਧ ਬਣਾਇਆ ਤਾਂ ਮੈਂ ਤਾਂ ਉਸੇ ਕੰਨ ਤੇ ਪਈਆਂ, ਟਿਕਾ ਟਿਕਾ ਕੇ ਪਈਆਂ, ਹਿੰਮਤ ਨੀ ਹਾਰਨੀ ਚਾਹੀਦੀ, ਕੋਈ ਚੱਕਰ ਨੀ ਹੈਗਾ, ਕਈ ਵਾਰੀ ਜਿੱਦਾਂ ਚੈਲੰਜ ਆ ਜਾਂਦੇ ਆ, ਜਿਵੇਂ ਮੇਰੇ ਕੰਨ ਬਣਾਉਣ ਵਾਲੇ ਸੀ, ਹੁਣ ਰੀਸੈਂਟ ਮੈਂ ਉੱਪਰ ਇੱਕ ਹੋਰ ਦੂਜੇ ਸੈਕਿੰਡ ਹੋਰ ਬਣਵਾ ਲਏ, ਇਹ ਸਾਡੇ ਦੋਸਤ ਨੇ ਭਾਜੀ, ਉਹਨਾਂ ਦਾ ਜਿੱਦਾਂ ਜਿਊਲਰੀ ਦਾ ਹੀ ਉਹਨਾਂ ਦਾ ਉਹ ਹੈ ਨਾ, ਮੈਂ ਬੈਠਾ ਸੀ, ਕਹਿੰਦੇ ਯਾਰ ਭਾਜੀ ਤੁਹਾਡੇ ਨੀਵੇਂ ਬੰਨੇ ਹੋਏ ਬਹੁਤ ਜ਼ਿਆਦਾ, ਮੈਂ ਕਿਹਾ ਫੇਰ, ਕਹਿੰਦੇ ਉਹ ਉਹਨਾਂ ਨੇ ਗੰਨ ਚੱਕੀ ਉੱਪਰ ਇੱਕ ਥਾਂ ਹੋਰ ਬੰਨ ਦਿੱਤੇ, ਉਹ ਇੱਦਾਂ ਮਤਲਬ ਆਹ ਚੀਜ਼ ਹੋਈ ਹੈ ਨਾ, ਵੀ ਕਿਸੇ ਨੂੰ ਦੇਖ ਕੇ ਨਹੀਂ, ਕਿਸੇ ਤੋਂ ਇਨਫਲੂਐਂਸ ਹੋ ਕੇ ਨਹੀਂ, ਕਿਉਂਕਿ ਮੈਂ ਸਿੱਖਦਾ ਸੀ ਮਿਊਜ਼ਿਕ ਮੇਰੇ ਉਸਤਾਦ ਜੀ ਜਨਾਬ ਕੁਲਵਿੰਦਰ ਕੰਵਲ ਸਾਹਿਬ ਫਰੀਦਕੋਟ ਤੋਂ, ਉਹਨਾਂ ਦੇ ਨਾਲ ਸ਼ੋਆਂ 'ਤੇ ਜਾਣਾ ਹੈ, ਦੂਰ ਦੂਰ ਸਾਨੂੰ ਹਰ ਤਰ੍ਹਾਂ ਦੇ ਕਲਾਕਾਰ ਟੱਕਰਦੇ ਹੁੰਦੇ ਸੀ, ਮੈਂ ਨਿੱਕੇ ਹੁੰਦੇ ਸਾਰੇ ਸਿੰਗਰਾਂ ਨੂੰ ਆਲਮੋਸਟ ਮਿਲ ਲਿਆ ਸੀਗਾ ਹੈ ਨਾ, ਅਤੇ ਉਹ ਦੇਖਣਾ ਫਿਰ ਜਦੋਂ ਤੁਹਾਨੂੰ ਆਪ ਨੂੰ ਗਾਉਣ ਵਾਲਾ ਕੀੜਾ ਵੱਢ ਰਿਹਾ ਹੁੰਦਾ, ਫਿਰ ਤੁਹਾਨੂੰ ਇਹ ਆਉਂਦਾ ਮੈਂ ਵੀ ਕੰਨ 'ਚ ਕੋਕੇ ਪਾ ਲਾਂ, ਮੁੰਦਰਾਂ ਪਾ ਲਾਂ, ਇੱਦਾਂ ਹੋ ਜਾਵੇ ਉੱਦਾਂ, ਐਵੇਂ ਹੀ, ਜਦਕਿ ਉਸਤਾਦ ਜੀ ਉਹਨਾਂ ਨੇ ਨਹੀਂ ਸੀ ਕਰਾਇਆ ਹੋਇਆ ਇੱਦਾਂ, ਉਹ ਤਾਂ ਇਸ ਗੱਲ ਦੇ ਉਹ ਵੀ ਖਿਲਾਫ ਸੀਗੇ, ਪਰ ਯਾਰ ਉਹਨੇ ਨਹੀਂ ਟਲੇ, ਮੈਂ ਤਾਂ ਕਰਾਉਣਾ, ਸੋ ਉਦੋਂ ਦਾ ਹੀ ਇਹ ਇੱਦਾਂ ਹੀ ਕੰਟੀਨਿਊ 2007 ਤੋਂ। ਜਦੋਂ ਤੁਸੀਂ ਗਾਇਕ ਬਣੇ ਹੋ ਜੀ, ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੈਮੋਰੇਬਲ ਮੂਮੈਂਟ ਕਿਹੜੀ ਰਹੀ ਆ, ਸਭ ਤੋਂ ਯਾਦਗਾਰ ਪਲ ਉਹ ਵਾਲੇ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਸੁਰੀਲਿਆਂ ਦੀ
ਆਪਣੇ ਪੰਜਾਬ ਵਿੱਚ ਜਾਂ ਕਿਤੇ ਵੀ ਬਹੁਤ ਜ਼ਿਆਦਾ ਕਦਰ ਆ, ਬਹੁਤ ਜ਼ਿਆਦਾ ਕਦਰ ਪੈਂਦੀ ਹੈ ਸੁਰੇਲਿਆਂ ਦੀ, ਕਿਉਂਕਿ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ, ਜਿਹੜੇ ਲੋਕ ਯੂਨੋ ਵੱਧ ਤੋਂ ਵੱਧ ਲੋਕ, ਉਹ ਤੁਹਾਡੇ ਯੂਟਿਊਬ ਦੇ ਵਿਊਜ਼ ਨਹੀਂ ਦੇਖਦੇ ਹੁੰਦੇ ਵੀ ਉੱਥੇ ਕਿੰਨੇ ਤੁਹਾਡੇ ਪੈਸੇ ਬਣੇ ਆ, ਕਿੰਨੇ ਕਿੰਨੀ ਤੁਹਾਡੀ ਰੀਚ ਗਈ ਆ, ਉਹ ਦੇਖਦੇ ਹੁੰਦੇ ਗਾਣਾ ਕਿੰਨਾ ਸੋਹਣਾ ਗਾਇਆ ਆ। ਤਾਂ ਜਦੋਂ ਉਹ ਗਾਣਾ ਤੁਸੀਂ ਲਾਈਵ ਗਾਉਂਦੇ ਹੋ, ਸਪੈਸ਼ਲ ਜਦੋਂ ਮੇਲਿਆਂ 'ਚ ਪਿੰਡਾਂ 'ਚ ਗਾਉਂਦੇ ਹੋ, ਤਾਂ ਫਿਰ ਉਹ ਉਹ ਜਿਹੜੀ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਹੁੰਦੇ ਆ, ਉਹ ਇੱਕ ਦੇਖਣ ਵਾਲੇ ਹੁੰਦੇ ਆ। ਤਰਨਵੀਰ ਦੀ ਜ਼ਿੰਦਗੀ 'ਚ ਮੇਰੀ ਆਲਮੋਸਟ ਹਰ ਇੱਕ ਸਟੇਜ ਜਿੱਥੇ ਮੈਂ ਜਦੋਂ ਕਦੇ ਤਾਂ ਤੋਂ ਐਵੇਂ ਗਾਉਣਾ ਮੈਮੋਰੇਬਲ ਬਣ ਜਾਂਦਾ। ਉਹਦਾ ਰੀਜ਼ਨ ਇਹ ਹੁੰਦਾ ਕਿ ਸਾਹਮਣੇ ਜਿੰਨੇ ਲੋਕ ਬੈਠੇ ਸਾਰੇ ਨਾਲ ਗਾ ਰਹੇ। ਅੱਛਾ, ਇਹ ਇੱਕ ਵੱਡੀ ਮੈਨੂੰ ਲੱਗਦਾ ਵੀ ਬਲੈਸਿੰਗ ਹੁੰਦੀ ਹੈ ਇੱਕ ਸਿੰਗਰ ਦੇ ਲਈ ਕਿ ਉਹਦਾ ਗਾਣਾ ਹਰ ਇੱਕ ਬੰਦਾ ਸਾਹਮਣੇ ਵਾਲਾ, ਇੱਕ ਹੁੰਦਾ ਕਈ ਥਾਵਾਂ ਚਾਹੀਦਾ ਜਿੱਦਾਂ ਦਾ ਲੋਕ ਬੈਠੇ ਰਹਿੰਦੇ ਵੀ ਹਾਂ ਤੂੰ ਆਇਆ ਗਾਲਾ ਹੈ ਅਤੇ ਅਸੀਂ ਸੁਣ ਰਹੇ ਹਾਂ, ਠੀਕ ਹੈ ਤੂੰ ਗਾ ਤਾਂ ਜਾ, ਹੈ ਨਾ। ਪਰ ਜਦੋਂ ਬਈ ਬਹੁਤ ਵੱਡੇ ਵੱਡੇ ਕਲਾਕਾਰ ਸਟੇਜ 'ਤੇ ਸਾਡੇ ਨਾਲ ਹੁੰਦੇ ਆ, ਅੱਗੇ ਪਿੱਛੇ ਅਸੀਂ ਸਾਰੇ ਇੱਕ ਮੇਲਿਆਂ 'ਤੇ ਮਲਟੀਪਲ ਸਿੰਗਰ ਇਕੱਠੇ ਹੁੰਦੇ, ਹੈ ਨਾ। ਅਤੇ ਪਰ ਸੱਚੀ ਮਤਲਬ ਬਹੁਤ ਵਾਰ ਇੱਦਾਂ ਹੋਇਆ ਕਿ ਬਹੁਤ ਵੱਡੇ ਵੱਡੇ ਆਰਟਿਸਟ ਸਾਹਮਣੇ ਬੈਠ ਕੇ ਸੁਣ ਰਹੇ ਹੁੰਦੇ, ਮੈਂ ਗਾ ਰਿਹਾ ਹੁੰਦਾ, ਲੋਕ ਨਾਲ ਗਾ ਰਹੇ ਹੁੰਦੇ ਆ, ਉਹ ਹਰ ਵਾਰੀ ਇੱਦਾਂ ਜਿਹਾ ਲੱਗਦਾ ਵੀ ਯਾਰ ਮੈਂ ਇਹੋ ਜਿਹਾ ਕੀ ਚੰਗਾ ਕੰਮ ਕੀਤਾ ਹੋਣਾ ਵੀ ਮੈਨੂੰ ਇਹ ਮਿਲ ਰਿਹਾ। ਸੋ ਮੇਰੇ ਲਈ ਹਰ ਉਹ ਪਲ ਮੈਮੋਰੇਬਲ ਹੈ ਜਦੋਂ ਵੀ ਮੈਂ ਕਦੇ ਤੋਂ ਦਵਾਂਗਾ ਸਟੇਜ 'ਤੇ ਖੜ ਕੇ ਗਾਇਆ ਅਤੇ ਮੇਰੇ ਨਾਲ ਲੋਕਾਂ ਨੇ ਗਾਇਆ। ਕਿਆ ਬਾਤ, ਮੈਂ ਉਦੋਂ ਹਰ ਵਕਤ ਮੈਂ ਕਹਦਾ ਵੀ ਬੜਾ ਸ਼ੁਕਰ ਪਰਮਾਤਮਾ ਦਾ ਵੀ ਯਾਰ ਇਹ ਮੇਰੇ ਹਿੱਸੇ ਆ ਗਿਆ। ਇੰਡਸਟਰੀ ਵਿੱਚੋਂ ਲੋਕਾਂ ਨੇ ਐਪਰੀਸ਼ੀਏਟ ਕੀਤਾ ਤੁਹਾਨੂੰ? ਕਰਦੇ ਲੋਕ, ਬਿਲਕੁਲ ਐਪਰੀਸ਼ੀਏਟ ਕਰਦੇ, ਮੂੰਹ 'ਤੇ ਤਾਂ ਕਰਦੇ, ਪਿੱਛੇ ਦਾ ਪਤਾ ਨਹੀਂ ਕਿਹਦਾ, ਪਰ ਮੂੰਹ 'ਤੇ ਕਰਦੇ। ਆਪ ਨੂੰ ਕਿਹੜਾ ਗਾਇਕ ਪਸੰਦ ਸੀਗਾ ਉਹਦੇ ਮੂੰਹੋਂ ਆਪਦੀ ਤਾਰੀਫ ਸੁਣ ਕੇ ਰਣਵੀਰ ਨੂੰ ਚੰਗਾ ਲੱਗਿਆ ਹੋਵੇ ਜਿਹਦੇ ਤੁਸੀਂ ਸ਼ੁਰੂ ਤੋਂ ਮੁੜੇ ਤੋਂ? ਦੇਖੋ, ਗੱਲ ਇਹ ਆ ਵੀ ਮੈਂ ਸਰਦੂਲ ਸਿਕੰਦਰ ਸਾਹਿਬ ਨੂੰ ਮਿਲਣਾ ਮੇਰਾ ਹੋਇਆ, ਐਸੀ ਮੁਲਾਕਾਤ ਸੀਗੀ ਉਹ, ਮੈਂ ਇੱਕ ਵਾਰੀ ਹੀ ਉਹਨਾਂ ਨੂੰ ਮਿਲਿਆ ਅਤੇ ਕਠਾਰ ਦੇ ਮੇਲੇ ਤੋਂ ਬਾਅਦ ਅਸੀਂ ਰਾਤ ਨੂੰ ਹਵੇਲੀ ਰੋਟੀ ਖਾਣ ਲਈ ਰੁਕੇ ਸੀ, ਹੈ ਨਾ। ਅਤੇ ਉੱਥੇ ਕਿਆ ਹੀ ਬਾਤ ਉਹਨਾਂ ਨਾਲ ਮੁਲਾਕਾਤ, ਕਿਆ ਹਾਸਾ ਠੇਠਾ ਕਿਆ, ਹੈ ਨਾ। ਉਹਨਾਂ ਨੇ ਮੈਨੂੰ ਜੱਫੀ ਪਾਈ, ਇਹਨਾਂ ਨੇ ਵੀ ਯਾਰ ਬਹੁਤ ਵਧੀਆ, ਗੋਡ ਬਲੈਸ ਯੂ। ਚਲੋ, ਅਤੇ ਉਹ ਕਲਾਕਾਰ ਨੇ ਸਰਦੂਲ ਸਿਕੰਦਰ ਸਾਹਿਬ ਹੋ ਗਏ, ਬਾਈ ਕਮਲ ਖਾਨ ਚਲੋ ਵੱਡਾ ਭਰਾ ਮੇਰਾ, ਹੈ ਨਾ, ਸੰਗਰਾਮ ਹੰਜਰਾ, ਮਾਸ਼ਾ ਅਲੀ, ਮਾਸਟਰ ਸਲੀਮ ਜਾਂ ਹੋਰ ਬਹੁਤ ਸਾਰੇ ਸਿੰਗਰ ਨੇ ਜਿਹੜੇ ਸੀਨੀਅਰ ਨੇ, ਨਛੱਤਰ ਗਿੱਲ ਬਾਈ ਹੋ ਗਏ, ਹੈ ਨਾ, ਜੈਲੀ ਬਾਈ ਹੋ ਗਿਆ ਖਾਸ ਤੌਰ 'ਤੇ, ਜਿਹਨਾਂ ਦੇ ਗਾਣੇ ਵੀ ਹਾਂ ਚਿੱਤ ਕਰੇ ਬਣ ਜਾ ਰਮਾਲ ਸੋਹਣੀਆਂ ਬੁਲਾਉਂਦੇ ਜਾਣ, ਉਹ ਜਿਹੜੇ ਗਾਣੇ ਅਸੀਂ ਕਮਲਿਆਂ ਵਾਂਗੂ ਆਪ ਸੁਣੇ ਹੋਏ ਸੀ ਵਾਕਮੈਨ 'ਚ ਭਰਾ ਕੇ ਕੈਸੇਟ 'ਚ, ਬਰੋ ਮੈਂ ਬਹੁਤ ਜ਼ਿਆਦਾ ਕੈਸਟਾਂ ਭਰਾਈਆਂ, ਅਤੇ ਅੱਜ ਉਹ ਕਲਾਕਾਰ ਸਾਰੇ ਹੁਣ ਜਦੋਂ ਵੀ ਮਿਲਦੇ ਆ ਬਹੁਤ ਅੱਛੇ ਤਰੀਕੇ ਨਾਲ, ਕਿਉਂਕਿ ਪਤਾ ਨਹੀਂ ਮੈਂ ਸੋਚਦਾ ਹੁੰਦਾ ਵੀ ਯਾਰ ਮੇਰੇ 'ਚ ਐਸੀ ਕੋਈ ਖਾਸ ਕਲਾ ਨਹੀਂ ਹੈਗੀ ਵੀ ਮੈਨੂੰ ਕੋਈ ਐਡੇ ਵੱਡੇ ਵੱਡੇ ਬੰਦੇ ਮੈਨੂੰ ਇੱਦਾਂ ਪਿਆਰ ਨਾਲ ਮਿਲਣ ਜਾਂ ਖੜ ਕੇ ਮਿਲਣ, ਆਪ ਵਾਪਸ ਆ ਕੇ ਮਿਲਣ। ਬਹੁਤ ਵਾਰੀ ਇੱਦਾਂ ਹੋਇਆ ਅਤੇ ਬਈ ਉਹ ਅਗਲੇ ਉੱਠ ਕੇ ਮਿਲਦੇ ਆ ਕਿ ਯਾਰ ਹਾਂ ਵੀ ਤੂੰ ਹੈਗਾ ਕੋਈ, ਠੀਕ ਆ ਸੀ ਤੈਨੂੰ, ਹੈ ਨਾ। ਉਹ ਤਾਂ ਇਹ ਇਸ ਚੀਜ਼ ਦਾ ਬੜਾ ਹੋਇਆ ਤਾਂ ਉਹ ਸਾਰੇ ਕਲਾਕਾਰ ਜਿਹਨਾਂ ਨੂੰ ਮੈਂ ਸੁਣਦਾ ਰਿਹਾ, ਜਿਹਨਾਂ ਨਾਲ ਅੱਜ ਤੱਕ ਮੁਲਾਕਾਤ ਹੋਈ, ਹਰ ਇੱਕ ਨੇ ਬਹੁਤ ਪਿਆਰ ਨਾਲ, ਬਹੁਤ ਕਦਰ ਨਾਲ, ਲਖਵਿੰਦਰ ਵਡਾਲੀ ਬਾਈ ਨਾਲ ਮੁਲਾਕਾਤ ਹੋਈ, ਅਤੇ ਕਿਆ ਹੀ ਖੂਬਸੂਰਤ ਇਨਸਾਨ ਆ ਉਹ ਵੀ, ਹੈ ਨਾ, ਅਤੇ ਬੜਾ ਮਤਲਬ ਐਨੀ ਪਿਆਰੀ ਸਮਾਈਲ ਨਾਲ, ਬੜਾ ਹੀ ਉਹਨੇ ਐਪਰੀਸ਼ੀਏਟ ਕੀਤਾ ਕਿ ਹਾਂ ਬਹੁਤ ਅੱਛੇ, ਬਹੁਤ ਇਹੀ ਚਾਹੀਦਾ ਹੁੰਦਾ ਹੁਣ ਇੱਕ ਹੌਸਲਾ ਜਿਹਾ, ਨਾ ਨਹੀਂ ਤਾਂ ਕਈ ਐਵੇਂ ਜਣਾ ਵੱਢਣ ਲੱਗੇ ਰਹਿੰਦੇ ਆ। ਅਤੇ ਇਹੀ ਮੈਂ ਕਹਿੰਦਾ ਵੀ ਮੂੰਹ 'ਤੇ ਜਿੰਨੇ ਵੀ ਸਾਰੇ ਮਿਲਦੇ ਸਾਰੇ ਕਰਦੇ, ਹਾਂ ਪਿੱਛੇ ਦਾ ਆਪਾਂ ਨੂੰ ਕਿਸੇ ਨੂੰ ਪਤਾ ਨਹੀਂ, ਕਿਸੇ ਦਾ ਪਤਾ ਨਹੀਂ ਬਈ। ਇੱਕ ਨਾ ਮੈਨੂੰ ਬੈਠੇ ਬੈਠੇ ਤੁਹਾਡੇ ਕੋਲ ਫੀਲਿੰਗ ਆ ਰਹੀ ਆ, ਕਿਉਂਕਿ ਤੁਸੀਂ ਗਾਉਂਦੇ ਬਹੁਤ ਵਧੀਆ ਹੋ, ਤਾਂ ਮੈਂ ਕਿਸੇ ਹੋਰ ਦਾ ਗਾਣਾ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ, ਉਹ ਹੈਗਾ ਸਰਦੂਲ ਸਿਕੰਦਰ ਸਾਹਿਬ। ਤਾਂ ਮੇਰਾ ਦਿਲ, ਦੇਖੋ ਫਿਲਮ ਆਪਾਂ ਗਾਣੇ ਦੀ ਪ੍ਰਮੋਸ਼ਨ ਤਾਂ ਇਸ ਦੀ ਕਰ ਰਹੇ ਹਾਂ, ਬਟ ਮੈਨੂੰ ਐਂ ਲੱਗਦਾ ਕਿ ਇੱਕ ਤਰੀਕੇ ਨਾਲ ਟ੍ਰਿਬਿਊਟ ਹੁੰਦਾ, ਉਹ ਵੀ ਉਹਨਾਂ ਨੂੰ ਕਹੀਦਾ ਜਿਹਨਾਂ ਦੇ ਕੋਲ ਸੁਰਤਾਲ ਹੁੰਦੇ ਆ। ਨਹੀਂ ਚਲੋ, ਮਾੜਾ ਮੋਟਾ ਜਿੰਨਾ ਕੁ ਹੈਗਾ ਮੈਂ ਤਾਂ ਕੋਸ਼ਿਸ਼ ਕਰਦਾ, ਉਹਨਾਂ ਵਰਗਾ ਤਾਂ ਕੋਈ ਵੀ ਨਹੀਂ ਗਾ ਸਕਦਾ। ਮੈਨੂੰ ਐਂ ਲੱਗਦਾ ਹੁੰਦਾ ਜਿੱਦਾਂ ਨਾ, ਮੈਂ ਚਲੋ ਮੈਂ ਗਾਣਾ ਸੁਣਾਉਂਦਾ, ਇੱਕ ਨਿੱਕੀ ਜਿਹੀ ਗੱਲ ਮੈਂ ਕਰਦਾ। ਮੈਨੂੰ ਇੱਕ ਵਾਰ ਇੱਕ ਮੁੰਡਾ ਮਿਲਿਆ ਆਇਆ ਮੇਰੇ ਕੋਲ, ਕਹਿੰਦਾ ਜੀ ਮੈਂ ਤੁਹਾਡਾ ਗਾਣਾ ਕਹਿਤਾ ਤੂੰ ਐਵੇਂ ਗਾਇਆ। ਮੈਂ ਕਿਹਾ ਮੇਰੇ ਤੋਂ ਕਮੀ ਰਹਿ ਗਈ ਸੀ ਕੋਈ,
ਵੀ ਤੂੰ ਕਿਉਂ ਗਾਇਆ ਹੈ ਨਾ, ਤੇ ਇਸ ਕਰਕੇ ਹੁਣ ਵੀ ਮੈਂ ਸਤਿੰਦਰ ਸਰਤਾਜ ਦਾ ਗਾਣਾ ਗਾ ਲਾ ਕਵੇ ਯਾਰ, ਵੀ ਉਹਦੇ ਤਾਂ ਕਮੀ ਰਹਿ ਗਈ ਸੀ ਕੋਈ, ਤੂੰ ਕਾਹਦੇ ਗਾਣਾ। ਪਰ ਗੱਲ ਇਹ ਹੁੰਦੀ ਕਈ ਵਾਰੀ ਲੋਕੀ ਤੁਹਾਨੂੰ ਪਿਆਰ ਇੰਨਾ ਕਰਦੇ ਹੁੰਦੇ ਆ ਬਾਈ ਕਿ ਤੁਹਾਡੇ ਗਾਣੇ ਰੀਕ੍ਰੀਏਟ ਹੁੰਦੇ ਰਹਿੰਦੇ ਆ, ਤਾਂ ਇੱਕ ਮੁਹੱਬਤ ਹੁੰਦੀ ਆ ਲੋਕਾਂ ਵੱਲੋਂ। ਹਾਂ ਨਹੀਂ ਬਿਲਕੁਲ, ਤੇ ਇਹ ਸਰਦੂਲ ਸਾਹਿਬ ਦੇ ਗਾਣੇ ਤੁਸੀਂ ਫਰਮਾਇਸ਼ ਕੀਤੀ, ਇੱਕ ਮੇਰਾ ਗਾਣਾ ਬਹੁਤ ਫੇਵਰੇਟ ਆ ਮੈਮ, ਜਾ ਅੱਖੋਂ ਓਲੇ ਹੋ ਜਾਨੀ ਨਾਲ ਜਸ਼ਨ ਮਨਾ ਲੈ ਗਹਿਰਾਂ ਦੇ, ਨੀ ਮੈਂ ਕਿਵੇਂ ਸਜਾਵਾਂ ਦੜੀਏ, ਨੀ ਜੋ ਲੱਤੜ ਗਈ ਵਿੱਚ ਪੈਰਾਂ ਦੇ, ਮੇਰੀ ਜਿੰਦ ਗਮਾਂ ਦੀਆਂ ਜੇਲਾਂ ਵਿੱਚ ਬਣ ਕੇ ਦਿਨ ਕਿਰ ਗਈ ਕੀ ਕਰੀਏ, ਉਹ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ, ਹਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ, ਉਂਝ ਗਿਰਦੀ ਤਾਂ ਚੁੱਕ ਲੈਂਦੇ, ਨੀ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ, ਹਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ। ਖੈਰ ਇਹ ਤਾਂ ਬਾਈ ਇੱਕ ਰੌਣਕ ਹੁੰਦੀ ਹੈ, ਰੌਣਕ ਮੇਲਾ ਹੁੰਦਾ, ਬਟ ਸਾਨੂੰ ਬੜੀ ਖੁਸ਼ੀ ਆ ਕਿ ਜਦੋਂ ਸੈਕਿੰਡ ਪਾਰਟ ਕਿਸੇ ਵੀ ਚੀਜ਼ ਦਾ ਆਉਂਦਾ, ਮੈਨੂੰ ਇਦਾਂ ਲੱਗਦਾ ਕਿ ਹਰ ਕਲਾਕਾਰ ਦੀ ਜ਼ਿੰਦਗੀ 'ਚ ਉਹ ਦਿਨ ਜ਼ਰੂਰ ਆਏ ਜਦੋਂ ਉਹਦਾ ਉਹਦੇ ਗਾਣੇ ਦਾ ਕਿਸੇ ਵੀ ਗਾਣੇ ਦਾ ਪਾਰਟ 2 ਬਣੇ, ਹੈ ਨਾ, ਪਾਰਟ 2 ਤਾਂ ਹੀ ਬਣਦਾ ਜੇ ਗਾਣਾ ਪਹਿਲਾ ਹਿੱਟ ਹੋਵੇ, ਹਰੇਕ ਕਲਾਕਾਰ ਦੀ ਝੋਲੀ ਇਹ ਚੀਜ਼ ਪੈਣੀ ਚਾਹੀਦੀ ਹੈ, ਮੈਂ ਤਾਂ ਇਹੀ ਦੁਆ ਕਰਦਾ। ਆਈ ਵਿਸ਼ ਕਿ ਇਹ ਤੁਹਾਡੀ ਪਰਸਨਲ ਲਾਈਫ 'ਚ ਵੀ ਬਹੁਤ ਵੱਡਾ ਤੁਹਾਡੀ ਜ਼ਿੰਦਗੀ 'ਚ ਇੱਕ ਇਹਦਾ ਰੁਝਾਨ ਪਵੇ। ਵਾਹ ਲੋੜ ਹੈ ਯਾਰ ਹੁਣ ਬਹੁਤ, ਬਟ ਇੱਕ ਇਹ ਆ ਕਿ ਕਿਉਂਕਿ ਬਾਈ ਪਤਾ ਕਿ 6 ਸਾਲ ਤੋਂ ਬਾਅਦ ਤੁਹਾਡੀ ਵਾਪਸੀ ਇਸ ਗੀਤ ਦੇ ਨਾਲ ਹੋ ਰਹੀ ਆ, ਐਂਡ ਅੱਜ ਜ਼ਮਾਨਾ ਦੌਰ ਪੂਰਾ ਬਦਲ ਚੁੱਕਿਆ ਆ, ਜਿਹੜੀ ਅੱਜ ਤੁਹਾਨੂੰ ਸਕਸੈਸ ਮਿਲੂਗੀ ਉਹ ਸਕਸੈਸ ਥੋੜੀ ਅਲੱਗ ਤੁਹਾਨੂੰ ਰੂਪ ਚ ਮਿਲੂਗੀ, ਉਹ ਸਕਸੈਸ ਤੁਹਾਨੂੰ ਅਲੱਗ ਰੂਪ ਚ ਮਿਲੀ ਸੀਗੀ, ਐਂਡ ਆਈ ਵਿਸ਼ ਕਿ ਤੁਸੀਂ ਉਹ ਸਰਪ੍ਰਾਈਜ਼ ਹੀ ਸੀਗਾ ਸਾਡੇ ਲਈ, ਉਹ ਵੀ ਪ੍ਰਮਾਤਮਾ ਨੇ ਸੋਚਿਆ ਹੋਇਆ ਸੀ, ਅਸੀਂ ਤਾਂ ਨਹੀਂ ਸੀ ਸੋਚਿਆ ਵੀ ਐਡਾ ਵੱਡਾ ਹੋ ਜਾਣਾ, ਤੇ ਹੁਣ ਅਸੀਂ ਆਪ ਵੀ ਥੋੜੀਆਂ ਉਮੀਦਾਂ ਨਾਲ ਲੈ ਕੇ ਆਏ ਆ, ਤੇ ਤੁਹਾਡੇ ਨਾਲ ਇੱਥੇ ਮੁਲਾਕਾਤ ਅੱਜ ਅਸੀਂ ਤਾਂ ਹੀ ਕਰਨ ਆਏ ਆ ਵੀ ਭਾਈ ਤੁਸੀਂ ਵੀ ਸਾਡੇ ਵੱਲੋਂ ਬੇਨਤੀ ਜਿਹੜੀ ਹੈਗੀ ਸਾਰਿਆਂ ਨੂੰ ਲਾਓ, ਤੁਹਾਡੇ ਵਿਊਅਰ ਜਿੰਨੇ ਵੀ ਹੈਗੇ ਆ, ਕਿ 7 ਜੁਲਾਈ ਨੂੰ ਆਪਣਾ ਗਾਣਾ ਕਹਿਤਾ ਤਾਂ ਆਵੇਗਾ ਪਾਰਟ 2 ਆ ਰਿਹਾ ਦੇਸੀ ਹੁੱਡ ਦੇ ਚੈਨਲ 'ਤੇ, ਤੇ ਸੁਣਿਓ ਤੇ ਸਾਰਿਆਂ ਨੂੰ ਸੁਣਾਇਓ। ਧੰਨ ਜੀ, ਥੈਂਕ ਯੂ ਬਾਈ, ਥੈਂਕ ਯੂ, ਥੈਂਕ ਯੂ ਸੋ ਮਚ, ਧੰਨ ਜੀ, ਸਤਿ ਸ਼੍ਰੀ ਅਕਾਲ।